ਗੁਰ ਸਰਬ ਸਤ ਗੁਰ ਦਇਆ ਨਿਤ ਮਹਿਮਾ ਨਮੋ ਨਮੋ ਚਰਨ ਸਰਨ ਗੁਰੇ ਪਿੰਡ ਜਾਏ ਜਲ ਜਾਏ ਜਲ ਜਾਏ ਜਲ ਜਾਏ ਜਲ ਸਤ ਗੁਰ ਕੋਟ ਪਿੰਡ ਤੂੰ ਵਸਦਾ ਪੰਥ ਵਸੇ ਮੈਂ ਉਜੜਾ
ਕਲਗੀ ਵਾਲੜਾ ਮਿੱਠ ਬੋਲਣਾ ਜੀ ਸੁਰੇ ਟੱਪ ਅਜੇ ਵੀ ਨਾ ਕਤਰਾ ਪਈ ਉਹ ਕਹਿੰਦਾ ਜੇ ਤੇਰੇ ਕਰਮਾਂ ਚ ਉਜੜਨਾ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਲੈ ਲਾਂਗਾ ਪੰਥ ਵਸੇ ਮੈਂ ਉਜੜਾ ਮਨ ਚੌਕ ਤੇਰਾ ਤੁਸੀਂ ਇੰਨਾ ਕਿਸੇ ਨੂੰ ਕਹਿ ਸਕਦੇ ਹੋ ਮੇਰੀ ਕਾਰ ਲੈ ਜਾ ਲੋੜ ਏ ਪੁਰਾਣੀ ਚੀਜ਼ ਲੋੜ ਏ ਲੈ ਜਾ ਚੱਲ ਮੈਂ ਆਪਣਾ ਡਰਾਈਵਰ ਭੇਜ ਦੇਣਾ ਆ ਬੜਾ ਔਖਾ ਹੈ ਕਿ ਇੰਨਾ ਪਿਆਰ ਕਰੇ ਕਿ ਮੈਂ ਹੀ ਤੇਰਾ ਡਰਾਈਵਰ ਬਣ ਜਾ ਰਹਿਣੀ ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਮਿੱਠ ਬੋਲਣਾ ਰਹਿਣੀ ਰੇ ਸੋਈ ਸਿੱਖ ਮੇਰਾ ਪੰਜ ਬਾਣੀਆਂ ਨਾ ਛੱਡੀ ਰਹਿ ਰਾਜ ਸਾਹਿਬ ਨਾ ਛੱਡੀ ਸੋਇਲਾ ਸਾਹਿਬ ਨਾ ਛੱਡੀ ਸੁਖਮਨੀ ਸਾਹਿਬ ਨਾ ਛੱਡੀ ਜਾਣ ਕੇ ਕਿਸੇ ਦਾ ਬੁਰਾ ਨਾ ਕਰੀ ਕੋਈ ਕਦਮ ਨਵਾਂ ਪੁੱਟਣ ਲੱਗੇ ਉਸ ਤੋਂ ਪਹਿਲੇ ਤੋਲ ਲਈ ਮਰਿਆਦਾ ਕੀ ਏ ਮਨਮਤ ਕੀ ਤੇ ਗੁਰਮਤ ਕੀ ਇਹਨੂੰ ਕਹਿੰਦੇ ਰਹਿਣ ਹੀ ਰਹੇ ਕੋਸ਼ਿਸ਼ ਹੀ ਕਰ ਲਈ ਕਿੰਨਾ ਮਿੱਠ ਬੋਲੜਾ ਕਹਿੰਦੇ ਰਹਿਣੀ ਰੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਦਾ ਤੇਰਾ ਮੇਰੀ ਕਾਰ ਲੈ ਜਾ ਮੇਰਾ ਡਰਾਈਵਰ ਲੈ ਜਾ ਬਾਜਾ ਲਾ ਕਹਿੰਦਾ ਤੂੰ ਰਹਿ ਤੇ ਰਹਿ ਤੇਰਾ ਡਰਾਈਵਰ ਮੈਂ ਬਣਾ ਤੇਰਾ ਨੌਕਰ ਮੈਂ ਬਣਾਗਾ ਤੇਰਾ ਚਿਹਰਾ ਮੈਂ ਬਣਾਗਾ ਰਹਿਣੀ ਰੇ ਸੋਈ ਸਾਰੀਆਂ ਭੈਣਾਂ ਬੋਲੋ ਵਿੱਠ ਖਾਲਸਾ ਮੇਰਾ ਰੂਪ ਹੈ ਖਾਸ ਟੱਪ ਗਈਆਂ ਅਜੇ ਵੀ ਨਾ ਬਾਜਿਆਂ ਵਾਲੇ ਨੂੰ ਸਮਰਪਿਤ ਹੋਈ ਖਾਲਸਾ ਮੇਰਾ ਖਾਸ ਖਾਲਸੇ ਮੈਂ ਹੋ ਕਰੋ ਵਿੱਠ ਬੋਲ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਯਾਦ ਕਰੇ ਹਮਰੀ ਗੁਰਿਆਈ
ਨਿਠ ਬੋਲਣਾ ਜੀ ਨਿਠ ਬੋਲਣਾ ਸਾਰੀਆਂ ਭੈਣਾਂ ਨਿਠ ਨਿਠ ਬੋਲਣਾ ਸੱਚਾਈ ਬੋਲਣ ਲੱਗੇ ਸੰਗਤਾਂ ਦਾ ਰੱਖਦਾ ਸੱਚਾਈ ਸੰਗਤਾਂ ਦਾ ਰੱਖਦਾ ਖਿਆਲ ਕਲਗੀ ਵਾਲੜਾ ਪਰਿਵਾਰ ਤੋਂ ਵੀ ਵੱਧ ਸੰਗ ਤੇ ਸੰਗਤਾਂ ਦਾ ਰੱਖਦਾ ਖਿਆਲ ਕਲਗੀ ਵਾਲੜਾ ਪਰਿਵਾਰ ਤੋਂ ਸੰਗਤਾਂ ਦਾ ਰੱਖਦਾ ਖਿਆਲ ਕਲਗੀ ਵਾਲਾ ਪਰਿਵਾਰ ਤੋਂ ਵੀ ਵੱਧ ਸੰਗ ਤੇ ਨਾ ਬੋਲੋ ਸੰਗਤਾਂ ਦਾ ਖਿਆਲ ਕਲਗੀ ਪਰਿਵਾਰ ਤੋਂ ਵੀ ਬੜੀ ਵੱਡੀ ਗੱਲ ਸਤਿਗੁਰ ਸਿੱਖ ਕੀ ਕਹੇ ਪ੍ਰਤਪਾਲ ਸਿੱਖੋ ਖਿਆਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਗੁਰਮਤ ਮਲ ਗਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਵਾਟੇ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਟ ਪਾਗੀ ਏ ਅੱਧਾ ਹੀ ਟੱਪਣ ਲੱਗੀ ਸਤਿਗੁਰ ਸਿੱਖ ਕਾ ਹਲਤ ਬੋਲੋ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਗਤਾਂ ਦਾ ਰੱਖਦਾ ਖਿਆਲ ਕਲਗੀ ਵਾਲੜਾ ਪਰਿਵਾਰ ਤੋਂ ਵੀ ਵੱਧ ਸੰਗ ਤੇ ਸੰਗਤਾਂ ਦਾ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈਕਾਰ ਤਿਰਸ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਉਹ ਤਤਕਾਲ ਹੋਏ ਆਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਉਹ ਤਤਕਾਲ ਹੋਏ ਆਵੇ ਤਿਸ ਸੇਵਕ ਕੇ ਇਸਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰ ਸੁਣ ਆਵੇ ਸੇਵਕ ਤੋ ਨਿਕਟੀ ਹੋਏ ਸੰਗਤਾਂ ਦਾ ਰੱਖਦਾ ਖਿਆਲ ਕਲਗੀ ਪਰਿਵਾਰ ਤੋਂ ਵੀ ਵੱਧ ਸੰਗਤ ਬੋਲੋ ਸੰਗਤਾਂ
ਕਿਸੇ ਦਾ ਬੁਰਾ ਨਾ ਕਰ, ਕਿਸੇ ਦਾ ਮਾੜਾ ਨਾ ਕਰ, ਗੁਰੂ ਗੋਬਿੰਦ ਸਿੰਘ ਨੂੰ ਮਿੱਤਰ ਬਣਾ ਲੈ, ਤੇਰੇ ਲੇਖ ਕਰਮ ਜਿਹੜੇ ਸਾਰੇ ਉਹਦੇ ਫਿਰ ਚਰਨਾਂ ਚ। ਉਹਦਾ ਸਵਾਦ ਹੀ ਨਹੀਂ ਬੋਲਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਹੋ ਜਾ, ਲੇਖ ਕਰਮ ਤੇਰੇ ਤੇ ਨਹੀਂ ਵਰਤਣਗੇ। ਉਹ ਚਾਵੇ ਖਿੰਨ ਮੈਂ ਨੀਚ ਕੀਟ ਕੋ ਰਾਜ, ਉਹ ਚਾਵੇ ਪਾਰ ਬ੍ਰਹਮ ਗਰੀਬ ਨਿਵਾਜ, ਉਹ ਜਾਵੇ ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦੈ ਦਿਸ ਪ੍ਰਗਟਾ। ਇਥੋਂ ਤੱਕ ਵੀ ਕਹਿ ਦਿਆਂ, ਕਰਮਾਂ ਚ ਲਿਖਿਆ, ਲੇਖਾਂ ਚ ਲਿਖਿਆ, ਜਿਹੜੀਆਂ ਚੀਜ਼ਾਂ ਨੇ ਤੈਨੂੰ ਦੁੱਖ ਦੇਣਾ, ਜਦੋਂ ਗੁਰੂ ਕਾ ਸਿੱਖ ਇੰਜ ਦੋਵੇਂ ਕੰਨ ਫੜ ਕੇ ਇੰਨਾ ਹੀ ਕਹਿੰਦਾ। ਗੁਰੂ ਗੋਬਿੰਦ ਸਿੰਘ ਮੇਰੇ ਗੁਨਾਹ ਮਾਫ ਕਰ ਦੇ, ਮੇਰੇ ਔਗਣ ਨਾ ਚਤਾਰੀ, ਮੇਰੇ ਗੁਨਾਹ ਮਾਫ ਕਰ ਦੇ, ਬਸ ਉਹਦੀ ਮੌਜ ਆਣ ਦੀ ਦੇਰ। ਕਰਮ ਲੇਖ ਪਿੱਛੇ ਰਹਿਣਗੇ, ਐ ਚਾਦਰ ਵਿਛਾ ਕੇ ਤੇਰੇ ਪੜਦੇ ਗਜਲੇ, ਉਹ ਪੜਦੇ ਵੀ ਗਜਲੇ ਜਦੋਂ ਉਹ ਪੜਦੇ ਕੱਜਣ ਤੇ ਆ ਜਾਵੇ, ਫਿਰ ਲੇਖ ਵਿਚਾਰੇ ਹੱਥ ਜੋੜ ਕੇ ਖਲੋ ਜਾਵੇ, ਕਰਮ ਹੱਥ ਜੋੜ। ਇਸ ਲਈ ਮਿੱਠ ਬੋਲਣਾ ਸਮਰਪਿਤ ਹੋ,
ਹੁਣ 60 ਸਾਲ ਉਮਰ ਹੋ ਗਈ, 50 40 ਹੋ ਗਈ, ਕਈਆਂ ਦੀ ਇਸ ਤੋਂ ਵੀ ਵੱਡੀ ਹੋ ਗਈ, ਕਿਤੇ ਵਿਕ ਜਾ ਇੱਕ ਅੱਗੇ ਸੋਚੀ ਜਾਣਾ। ਐਸੇ ਮਿੱਠ ਬੋਲੜੇ ਅੱਗੇ ਸਮਰਪਿਤ ਸਮਰਪਿਤ ਹੋ ਜਾਈਏ। ਸਤਸੰਗ ਵਿੱਚੋਂ ਬੈਟਰੀਆਂ ਚਾਰਜ, ਹੱਦਾਂ ਬੰਨੇ ਟੱਪ ਜਾਂਦੇ ਨੇ, ਇਹ ਤਾਂ ਸਭ ਤੋਂ ਵੱਡੇ ਕਰਮ ਹੀ ਨੇ, ਬਸ ਉਹੀ ਘੁਮਾਉਂਦੇ ਫਿਰ ਦੁਨੀਆ ਲੇਖ ਹੀ ਨੇ। ਪਿਓ ਐਡਾ ਤਗੜਾ ਤੇ ਐਡਾ ਦਿਆਲੂ, ਸਿਰਫ ਤੂੰ ਯਾਰੀ ਪਾਸ ਮਰਫਤ ਹੋ, ਉਹਦੀ ਡਿਊਟੀ ਸੁਪਨੇ ਚ ਕੱਟੇ, ਉਹਦੀ ਡਿਊਟੀ ਆਪਣੇ ਚਰਨਾਂ ਚ ਲਵੇ, ਉਹਦੀ ਡਿਊਟੀ ਜਿਹੜਾ ਤੈਨੂੰ ਤੰਗ ਕਰਦਾ ਪਿਆ ਉਹਦੀ ਬੁੱਧੀ ਬਦਲਾ ਦਾ। ਇਹ ਫਿਰ ਉਹਦਾ ਕੰਮ ਹੈ ਵੀ ਕਿੱਧਰੋਂ ਮੈਂ ਮਸਲਾ ਹੱਲ ਕਰ। ਮਿੱਠ ਬੋਲਣਾ ਚੱਲ ਰਿਹਾ, ਛੋਟੀ ਉਮਰੇ ਪੁੱਗੀਆਂ ਰੂਹਾਂ, ਅੱਜ 8ਵਾਂ ਭਾਗ ਹੈ। ਛੋਟੀ ਉਮਰ ਜਿਨ੍ਹਾਂ ਨੇ ਪ੍ਰਾਪਤੀਆਂ ਕੀਤੀਆਂ, ਤੇ ਬੜੇ ਵੱਡੇ ਮਾਲਕ ਦਾ ਜ਼ਿਕਰ ਚੱਲ ਰਿਹਾ ਜਿਹੜਾ 8ਵੇਂ ਭਾਗ ਵਿੱਚ, 7ਵੇਂ ਚ, 6ਵੇਂ ਚ, ਜਿਨ੍ਹਾਂ ਕੋਲ ਦਰਗਾਹ ਦੀਆਂ ਚਾਬੀਆਂ, ਸਾਹਿਬਜ਼ਾਦਾ ਅਜੀਤ ਸਿੰਘ ਜੀ। ਤੇ ਹਨੇਰਾ ਜਲਦੀ ਹੋ ਜਾਂਦਾ, 15-20 ਮਿੰਟ ਸਹਿਯੋਗ ਦੇਣਾ। ਜਿਹੜੇ ਸ਼ਬਦ ਨੂੰ ਆਧਾਰ ਬਣਾਇਆ, ਛੋਟੀ ਉਮਰੇ ਪੁੱਗੀਆਂ ਰੂਹਾਂ ਸਬਜੈਕਟ ਵਿੱਚ, ਆਓ ਪਹਿਲੇ ਉਹਦੀ ਹਾਜ਼ਰੀ ਲਾਓ। ਰਾਮ ਜਪੋ, ਰਾਮ ਜਪੋ ਦੀਏ ਸੇ ਸੇ, ਰਾਮ ਜਪੋ, ਰਾਮ ਜਪੋ,
ਜਪਿਓ ਹਰ ਜੈਸੇ ਆਖੋ ਸਤਨਾਮ ਸਬਜੈਕਟ ਸ਼ੁਰੂ ਹੋਇਆ ਛੋਟੀ ਉਮਰੇ ਪੁੱਗੀਆਂ ਰੂਹਾਂ ਅੱਜ ਅੱਠਵਾਂ ਭਾਗ ਪ੍ਰਕਰਨ ਚੱਲ ਰਿਹਾ ਸਾਹਿਬਜ਼ਾਦਾ ਅਜੀਤ ਸਿੰਘ ਦੀਆਂ ਕੁਝ ਜੰਗਾਂ ਵੀ ਆਪ ਜੀ ਨੇ ਸੁਣੀਆਂ ਹੁਣ ਮਾੜਾ ਜਿਹਾ ਸੀਨ ਛੇ ਮਹੀਨਿਆਂ ਤੋਂ ਉੱਤੇ ਹੋ ਗਿਆ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਪਹਾੜੀ ਰਾਜੇ ਸਲਾਹ ਕਰਦੇ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ ਕਿਲ੍ਹਾ ਖਾਲੀ ਕਰਾਉਣ ਲਈ ਪਕੜਨ ਲਈ ਸਾਡੀਆਂ ਫੌਜਾਂ ਦਾ ਇੰਨਾ ਖਰਚਾ ਪੈ ਗਿਆ ਖਜ਼ਾਨੇ ਖਾਲੀ ਹੋ ਗਏ ਇਹ ਸਿੰਘ ਤਾਂ ਵੀ ਸ਼ੇਰ ਬਣੇ ਹੋਏ ਇਹਨਾਂ ਦਾ ਗੁਰੂ ਵੀ ਨਹੀਂ ਹੱਠ ਛੱਡਦਾ ਕਿਲਾ ਸਲਾਹ ਕਰਦੇ ਕਿਹੜਾ ਉਪਾਅ ਕਰੀਏ ਝੂਠ ਸੱਚ ਬੋਲ ਕੇ ਵੀ ਕਿਲਾ ਖਾਲੀ ਕਰਾ ਲਈ ਕਹਿੰਦੇ ਫਿਰ ਔਰੰਗੇ ਕੋਲੋਂ ਮੁਗਲ ਬਾਦਸ਼ਾਹਾਂ ਕੋਲੋਂ ਲਿਖਿਆ ਵੀ ਨਿਯਮ ਪੱਤਰ ਲਿਖਵਾਇਆ ਜਿਸ ਪੱਤਰ ਵਿੱਚ ਕੁਰਾਨ ਦੀ ਸਹੁੰ ਖਾਧੀ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਉਹ ਹਿੰਦੂ ਵੀਰ ਸੀ ਉਹਦੀ ਸਹੁੰ ਖਾਧੀ ਕਿਲਾ ਖਾਲੀ ਆਪ ਜੀ ਕਰ ਦਿਓ ਜੰਗ ਨਹੀਂ ਲੜਨਾ ਸਿੱਖ ਕਹਿਣ ਲੱਗੇ ਮਹਾਰਾਜ ਮੰਨ ਜਾਓ ਇਹਨਾਂ ਦਾ ਕਲਗੀਧਰ ਕਹਿੰਦੇ ਨਾ ਕਰੋ ਵਿਸ਼ਵਾਸ ਇਹ ਝੂਠੀਆਂ ਸੋਵਾਂ ਚਾਲ ਉਹ ਕਹਿੰਦੇ ਮਹਾਰਾਜ ਹੁਣ ਭੁੱਖ ਵੀ ਕੱਟਣੀ ਔਖੀ ਅੰਦਰ ਜੰਗ ਵੀ ਔਖੀ ਮਹਾਰਾਜ ਕਹਿੰਦੇ ਦੋ ਦਿਨ ਹੀ ਕੱਟ ਲਓ ਮਹਾਰਾਜ ਨਹੀਂ ਹੁਣ ਮੰਨ ਲਓ ਜੋ ਸਲਾਹ ਹੋਈ ਕਿਲਾ ਖਾਲੀ ਚਲੋ ਦੇਖ ਲਓ ਭਾਈ ਇਹਨਾਂ ਦੀਆਂ ਸੋਹਾਂ ਚ ਇਹ ਸਾਰੀ ਸੰਗਤ ਨੂੰ ਪਤਾ ਸੀਸਗੰਜ ਸਾਹਿਬ ਗੁਰਦੁਆਰੇ ਦੋ ਨੇ ਇੱਕ ਦਿੱਲੀ ਹੈ ਸੀਸ ਜਿਹੜੇ ਭਾਈ ਜੈਤਾ ਜੀ ਉਹਦਾ ਸਾਰਾ ਅੰਤਮ ਕਾਰਜ ਆਨੰਦਪੁਰ ਉੱਥੇ ਵੀ ਸੀਸ ਔਰ ਮੈਂ ਇੱਕ ਚੀਜ਼ ਨੋਟ ਕੀਤੀ ਹੈ
ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਅੱਗੇ ਵਿਕੇ ਹੋਏ ਨੇ, ਵਿਕੇ ਆਖੋ ਸਰ ਸੂਈ ਸੂਈ ਜਿੰਨੀ ਗੱਲ ਨੀ ਸੁਣਨ ਨੂੰ ਦਿਆ। ਜਿਹੜੀ ਭਾਈ ਘਨੱਈਆ ਜੀ ਤੋਂ ਟਕਸਾਲ ਚੱਲੀ ਏ ਸੇਵਾ ਪੰਥੀ, ਉਹਦੇ ਵਿੱਚ ਸੀ ਭਾਈ ਗੁਰਬਖਸ਼ ਜੀ ਸੇਵਾ ਪੰਥੀ, ਉਹਨਾਂ ਨੂੰ ਮਹੰਤ ਵੀ ਕਿਹਾ ਜਾਂਦਾ ਸੀ ਉਦੋਂ, ਭਾਈ ਗੁਰਬਖਸ਼ ਮਹੰਤ ਜੀ। ਕਿਲ੍ਹਾ ਛੱਡਣ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਤੇ ਕਹਿੰਦੇ ਭਾਈ ਗੁਰਬਖਸ਼ ਮਹੰਤ ਜੀ, ਅਸੀਂ ਕਿਲ੍ਹਾ ਛੱਡਣ ਲੱਗੇ ਹਾਂ ਤੇ ਆਹ ਜਿਹੜਾ ਮੇਰੇ ਪਿਤਾ ਦਾ ਸਥਾਨ ਹੈ ਨਾ ਸੀਸਗੰਜ, ਆਖੋ ਸਰ ਇੱਥੇ ਜੋਤ ਨਹੀਂ ਬੁਝਣ ਦੇ, ਤੂੰ ਡਿਊਟੀ ਸੇਵਾ ਤੇ। ਗੁਰਬਾਣੀ ਤੂੰ ਬੱਤੀ ਜੋਤ ਯਾਰੀ ਰੱਖਣੀ, ਉਹ ਸੇਵਾ ਪੰਥੀ ਭਾਈ ਗੁਰਬਖਸ਼ ਜੀ ਇੰਜ ਹੱਥ ਜੋੜ ਕੇ ਕਹਿੰਦੇ ਆ ਬਾਜਾਂ ਵਾਲਿਆ ਮੇਰੀ ਡਿਊਟੀ ਤੇ ਤੁਸੀਂ ਲਾ ਰਹੇ ਹੋ, ਆਪ ਕਿਲ੍ਹਾ ਛੱਡ ਰਹੇ ਹੋ, ਇੱਕ ਅੱਧਾ ਮੈਂਬਰ ਮੈਨੂੰ ਦੇ ਰਹੇ ਹੋ। ਜੇ ਮੁਗਲ ਗੁਰੂ ਤੇਗ ਬਹਾਦਰ ਜੀ ਦੇ ਜਿੱਥੇ ਸੀਸ ਦਾ ਸਾਰਾ ਅੰਤਿਮ ਕਾਰਜ ਹੋਏ ਰਸਮਾਂ ਹੋਈਆਂ, ਜੇ ਮਹਾਰਾਜ ਕਿਸੇ ਬੇਦਬੀ ਦੇ ਖਿਆਲ ਨਾਲ ਆਏ ਮੈਂ ਕੀ ਇਕੱਲਾ ਕੀ ਕਰੂੰਗਾ। ਬਾਜਾਂ ਨਾਲ ਐਡਾ ਸਮਰਪਿਤ ਨੇ ਗੁਰੂ ਤੇਗ ਬਹਾਦਰ ਦੇ ਆਪਣੇ ਪਿਤਾ ਜੀ ਗੁਰਦੇਵ ਪਿਤਾ ਦੇ ਅੱਗੇ ਇੰਜ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਭਾਈ ਗੁਰਬਖਸ਼ ਜੀ ਇਹ ਮੇਰੇ ਪਿਓ ਦਾ ਸਥਾਨ ਹੈ, ਜਿਨ੍ਹਾਂ ਦੀ ਜ਼ਿੰਦਗੀ ਬੰਦਗੀ ਬੰਦਗੀ ਨਿਰਵੈਰ ਭੋਰਿਆਂ ਚ ਬੰਦਗੀ ਸਭ ਦਾ ਭਲਾ ਲੋਚਦੇ ਬੀਤੀ। ਕੀ ਕਹਿੰਦਾ ਦੁਬਾਰਾ ਕੋ, ਕਹਿੰਦੇ ਜੀ ਜੇ ਮੁਗਲ ਬੇਦਬੀ ਦੇ ਖਿਆਲ ਨਾਲ ਇੱਧਰ ਆਏ ਮੈਂ ਕੀ ਕਰਾਂਗਾ। ਬਾਜਾਂ ਵਾਲੇ ਨੇ ਬਚਨ ਛੱਡਤਾ, ਕਹਿੰਦੇ ਜਾਓ ਭਾਈ ਗੁਰਬਖਸ਼ ਜੀ ਧੂਪ ਬੱਤੀ ਜੋਤ ਇਸ ਸਥਾਨ ਦੀ ਸੇਵਾ ਸੰਭਾਲ, ਰੋਜ਼ ਝਾੜੂ ਸਭ ਕੁਝ ਯਾਰੀ ਰੱਖਿਓ, ਤੁਹਾਡੇ ਨਾਲ ਬਚਨ ਕਰਦੇ ਆ ਕੋਈ ਮੁਗਲ ਇਹ ਮੇਰੇ ਪਿਤਾ ਦੇ ਸੀਸਗੰਜ ਇਸ ਜਗ੍ਹਾ ਵੱਲ ਬੇਦਬੀ ਦੇ ਖਿਆਲ ਨਾਲ ਆਏਗਾ ਉਧਰ ਨੂੰ ਤੁਰੇਗਾ ਨਾਲ ਹੀ ਅੰਨਾ ਹੋ ਜਾਏਗਾ, ਨਜ਼ਰ ਹੀ ਨਹੀਂ ਆਏਗਾ। ਆਖੋ ਸਰ ਤਾਂ ਹੀ ਕਿਸੇ ਪਿਆਰ ਚ ਕਿਹਾ, ਇਹ ਵੀ ਉਹਨਾਂ ਦੇ ਬਚਨ ਨੇ। ਸੇਗ ਬਹਾਦਰ ਸਿਮਰੀਏ ਕਰ ਨਾਨਕ ਆਵੇ ਤਾਏ, ਸਾਰੀਆਂ ਭੈਣਾਂ ਦਸਵੇਂ ਪਾਤਸ਼ਾਹ ਦੇ ਬਚਨ ਐਡਾ ਪਿਆਰ। ਹੁਣ ਮੈਂ ਇੱਧਰ ਚੱਲਾਂ ਤੇ ਟਾਈਮ ਲੱਗ ਜਾਏਗਾ, ਹੋਰ ਵੀ ਮੈਂ ਬੜੀ ਜਗ੍ਹਾ ਇਤਿਹਾਸ ਨੋਟ ਕੀਤਾ। ਗੋਬਿੰਦ ਸਿੰਘ ਨਹੀਂ ਸੀ ਸੁਣਦੇ ਗੁਰੂ ਤੇਗ ਬਹਾਦਰ ਲੱਗੇ ਵਿਖੇ ਪਏ, ਕਹਿੰਦੇ ਭਾਈ ਗੁਰਬਖਸ਼ ਜੀ ਜਿਹੜਾ ਇੱਧਰ ਵਧੇਗਾ ਨਾ ਮੁਗਲ, ਵੀ ਮੈਂ ਇਹਦੀ ਸੀਸ ਨਾਈ ਦੀ ਬੇਦਬੀ ਕਰਨੀ, ਇੰਜ ਵਧੇਗਾ ਤੇ ਨਾਲ ਹੀ ਅੰਨਾ ਹੋ ਜਾਏ। ਉਹਦੇ ਬੇਦਬੀ ਦੇ ਹੱਥ ਮਾਫੀ ਰੂਪ ਚ ਜੁੜ ਜਾਣਗੇ, ਆਖੋ ਸਰ ਡਟ ਕੇ ਸੇਵਾ। ਇਹ ਮਾੜਾ ਜਿਹਾ ਜ਼ਰੂਰੀ ਸੀ ਗੱਲ ਕਰਨੀ।
ਤੁਸੀਂ ਵੀ ਆਪਣੇ ਗੁਰਦੇਵ ਅੱਗੇ ਵੇਖੋ ਸਮਰਪਿਤ ਕਦੀ ਗੁਰੂ ਲਈ ਹਲਕਾ ਫੁਰਨਾ ਨਾ ਬਣਾ ਤੇਰੀ ਹਰ ਲੀਲਾ ਵਿੱਚ ਜੋਜ ਹੈ ਆਪੋ ਸਾਰ ਹੁਣ ਕਿਲਾ ਛੱਡਣ ਦੀ ਤਿਆਰੀ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਦੋਂ ਕਿਲਾ ਛੱਡਣ ਲੱਗੇ ਲਿਖਿਆ ਵੀ ਪਿੱਛੇ ਮੁੜ ਕੇ ਵੇਖਦੇ ਆਨੰਦਪੁਰ ਸਾਹਿਬ ਫਿਰ ਪਿੱਛੇ ਮੁੜ ਕੇ ਵੇਖਦੇ ਇਹ ਚੀਜ਼ਾਂ ਸੁਣ ਕੇ ਆਨੰਦ ਆਉਂਦਾ ਮੈਂ ਤਾਂ ਬੋਲਦਾ ਸਾਹਿਬਜ਼ਾਦਿਆਂ ਦਾ ਖਡਾਵਾ ਜਿਹੜਾ ਖਡਾਉਂਦਾ ਸੀ ਉਹਨਾਂ ਭਾਈ ਚੰਪਾ ਸਿੰਘ ਜੀ ਆਖੋ ਸਰ ਨਾਮ ਉਹਦਾ ਨਾਂ ਸੀ ਭਾਈ ਚੰਪਾ ਸਿੰਘ ਨਾਲ ਦੂਜਾ ਸਿੰਘ ਭਾਈ ਬੁੱਢਾ ਜੀ ਸੇਵਕ ਸੇਵਕ ਕਿਸਮ ਆਖਦੇ ਸੀ ਉਹ ਖਡਾਵਾ ਸੀ ਸਾਰੀ ਖਡਾਉਣ ਦੀ ਵਿਧੀ ਬਾਬਾ ਫਤਿਹ ਸਿੰਘ ਛੋਟੇ ਇਹ ਸਾਹਿਬਜ਼ਾਦਿਆਂ ਦਾ ਖਡਾਵਾ ਸੇਵਕ ਭਾਈ ਚੰਪਾ ਸਿੰਘ ਜੀ ਭਾਈ ਬੁੱਢਾ ਸਿੰਘ ਜੀ ਦੋਵੇਂ ਪੁੱਛਦੇ ਹੈ ਤੁਸੀਂ ਮਗਰ ਕਿਉਂ ਵੇਖ ਰਹੇ ਹੋ ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਕਹਿੰਦੇ ਮਗਰ ਤਾਂ ਵੇਖ ਰਹੇ ਹਾਂ ਭਾਈ ਚੰਪਾ ਸਿੰਘ ਜੀ ਭਾਈ ਬੁੱਢਾ ਸਿੰਘ ਜੀ ਸੇਵਕ ਜੀ ਮਗਰ ਤਾਂ ਵੇਖ ਰਹੇ ਹਾਂ ਜਿਹੜੇ ਆਨੰਦਪੁਰ ਵਿੱਚ 17 ਸਾਲ ਆਨੰਦ ਮਾਣਿਆ ਇੱਥੇ ਹੁਣ ਮੁੜ ਕੇ ਅਸੀਂ ਆਉਣਾ ਹੀ ਨਹੀਂ ਕਈ ਸਿੱਖ ਨਾ ਹੌਸਲਾ ਦੇਣ ਲੱਗੇ ਅੰਤਰਯਾਮਤ ਹੈ ਕਿ ਇੱਥੇ ਮੁੜ ਕੇ ਹੁਣ ਆਉਣਾ ਹੀ ਨਹੀਂ ਆਖੋ ਸਾਧ ਕਿਹੋ ਜਿਹੇ ਸਮੇਂ ਗੁਰੂ ਤੇ ਬੀਤੇ ਐਸੇ ਸਮੇਂ ਬੀਤੇ ਹੁਣ ਜਦੋਂ ਕਿਲਾ ਛੱਡਿਆ ਜੀ ਸੰਖੇਪ ਦਾ ਹੀ ਲੈ ਉਹਨਾਂ ਨੇ ਹਮਲਾ ਕਰਤਾ ਉਹ ਸਭ ਸੋਹਾਂ ਝੂਠੀਆਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਜੰਗ ਸ਼ੁਰੂ ਹੋ ਗਈ ਜੇਕਰ ਉਹਨਾਂ ਦਾ ਚੱਲ ਰਿਹਾ ਤੇ ਭਾਈ ਉਦੇ ਸਿੰਘ ਜੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਮਹਾਰਾਜ ਆਗਿਆ ਦੇ ਦਿਓ ਸਾਹਿਬਜ਼ਾਦੇ ਨੂੰ ਮੈਂ ਕੱਢ ਕੇ ਲਿਆਵਾਂ ਬਹੁਤ ਵੱਡਾ ਘੇਰਾ ਪੈ ਗਿਆ ਮਹਾਰਾਜ ਕਹਿੰਦੇ ਆ ਗਿਆ ਇਹ ਭਾਈ ਉਦੇ ਸਿੰਘ ਜੀ ਆਪ ਸ਼ਹੀਦ ਹੋ ਗਏ ਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਕੱਢਣ ਵਿੱਚ ਸਫਲ ਹੋ ਇਸ ਤੋਂ ਬਾਅਦ ਉਹ ਕਥਾ ਸੁਣਦੇ ਹੋ ਉਹ ਜਦੋਂ ਕਿਲਾ ਛੱਡਿਆ ਸਰਸਾ ਚੜੀ ਤੇ ਮਹਾਰਾਜ ਕਹਿੰਦੇ ਆਸਾ ਜੀ ਦੀ ਵਾਰ ਦੇ ਦੀਵਾਨ ਲਾਓ ਆਖੋ ਸਾਹਿਬ ਮਹਾਰਾਜ ਸਮਾਂ ਵੇਖੋ ਉਹ ਸਾਖੀ ਤੁਸੀਂ ਸੁਣੀ ਹੈ ਮਹਾਰਾਜ ਕਹਿੰਦੇ ਜੰਗ ਦੇ ਮੈਦਾਨ ਚ ਵੀ ਅੰਮ੍ਰਿਤ ਵੇਲਾ ਕੋਈ ਮੇਰਾ ਇੱਕ ਸਿੱਖ ਵੀ ਸੁਣ ਕੇ ਜੁੜ ਜਾਏਗਾ ਇਹ ਸ਼ਹੀਦੀਆਂ ਸਫਲੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਗਏ ਨੇ ਫਿਰ ਚਮਕੌਰ ਦੀ ਗੜੀ ਕੱਚੀ ਗੜੀ 5-7 ਮਿੰਟ ਬਹਿਣਾ ਹੁਣ ਕੱਚੀ ਗੜੀ ਵਿੱਚ 40-42 ਸਿੰਘ ਤੇ ਬਾਜਿਆਂ ਵਾਲਾ ਆਖੋ ਸਾਹਿਬ ਦੋ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਜ਼ੋਰਾਵਰ ਸਿੰਘ ਫਤਿਹ ਸਿੰਘ ਮਾਤਾ ਜੀ ਨਾਲ ਉਧਰ ਵਿਛੜ ਗਏ ਇਹ ਆਪਣਾ ਹੁਣ ਸਬਜੈਕਟ ਚੱਲਦਾ ਪਿਆ ਛੋਟੀ ਉਮਰੇ ਪੁੱਗੀਆਂ ਰੂਹਾਂ ਬਾਬਾ ਅਜੀਤ ਸਿੰਘ ਜੀ ਦਾ ਤੇ
ਉਹ ਸੀਨ ਜਿਹੜਾ ਪਿਆਰ ਦੇ ਨਾਲ ਉਹ ਕੱਚੀ ਗੜੀ ਚ ਨਾ ਮਾਰੇ ਟਹਿਲਦੇ ਪਏ ਟਹਿਲਦੇ ਟਹਿਲਦੇ ਕੀ ਬੋਲ ਰਹੇ ਨੇ ਉਹ ਬੜਾ ਪਿਆਰਾ ਨਾ ਬੈਟਰੀ ਚਾਰਜ ਕਰ ਰਹੇ ਸਿੰਘਾਂ ਦੀ ਤੁਹਾਡੇ ਤੋਂ ਜਿਹੜੇ ਪਿਆਰ ਵਾਲੇ ਉਹਨਾਂ ਨੂੰ ਆਨੰਦ ਆਏ ਇੱਕ ਵਾਰੀ ਇਹ ਪੰਗਤੀ ਬੋਲ ਦਿਓ ਪਿਆਰ ਨਾਲ ਧਨ ਹੈ ਮੇਰਾ ਚੰਗੀਆਂ ਵਾਲਾ ਧਨ ਹੈ ਉਧਰ ਲੱਖਾਂ ਦਾ ਇਕੱਠ ਮਹਾਰਾਜ ਦੇ ਅਗਲੇ ਬਚਨ ਸੁਣਿਓ ਮਹਾਰਾਜ ਕਹਿੰਦੇ ਸਾਰੇ ਸਿੰਘ ਭਰੋਸੇ ਦੀ ਪਾਵਰ ਨਹੀਂ ਟੁੱਟਣ ਦੇਣੀ ਦੂਜੇ ਬਚਨ ਕੀਤੇ ਗੁਰੂ ਗੋਬਿੰਦ ਸਿੰਘ ਟਹਿਲਦੇ ਸਿੰਘਾਂ ਨੂੰ ਕਹਿੰਦੇ ਮੇਰੇ ਪਿਆਰੇ ਸਿੰਘੋ ਗੁਰੂ ਨਾਨਕ ਦੀ ਕਿਰਪਾ ਨਾਲ ਅੰਦਰ ਦਾ ਜਿਹੜਾ ਭਰੋਸਾ ਇੰਨਾ ਤਕੜਾ ਰੱਖਣਾ ਕਿ ਮੈਂ ਕੱਲਾ ਹੀ 125,000 ਦੀ ਬਰਾਬਰੀ ਕਰ ਦਿਆਂ ਅੰਦਰ ਵਿਲ ਪਾਵਰ ਅੰਦਰਲੇ ਖਿਆਲ ਏਡੀ ਤਕੜੀ ਭਰੋਸੇ ਵਾਲੇ ਰੱਖਣੇ ਵੀ ਮੈਂ ਕੱਲਾ 125,000 ਦੇ ਬਰਾਬਰ ਹਾਂ ਗੁਰੂ ਨਾਨਕ ਦੀ ਕਿਰਪਾ ਸੰਗਤ ਸੱਚਾਈ ਜੇ ਜੋ ਤੁਸੀਂ ਸੋਚਦੇ ਹੋ ਨਾ ਉਹ ਤੁਹਾਡੇ ਅੰਦਰ ਤੱਤ ਬਣਦੇ ਸੱਚਾਈ ਹੈ ਉਹ ਕੁਝ ਅੰਦਰ ਵਿਟਾਮਿਨ ਬਣਦੇ ਨੇ ਉਹ ਤੱਤ ਬਣਦੇ ਕਈ ਵਾਰੀ ਇੱਕ ਡਾਕਟਰ 15 ਦਿਨ ਦਵਾਈ ਦਿੰਦਾ ਅੰਦਰ ਮਰੀਜ਼ ਇਹ ਪਾ ਦਿੰਦਾ ਤੇਰਾ ਅਟੈਕ ਬਹੁਤ ਵੱਡਾ ਹੈ ਤੇਰੀ ਬਿਮਾਰੀ ਬਹੁਤ ਵੱਡੀ ਅੱਧੀ ਬਿਮਾਰੀ ਉਹਦੇ ਕਰਕੇ ਨਹੀਂ ਰਾਜੀ ਹੁੰਦੀ ਵੀ ਜਿਹੜੇ ਅੰਦਰ ਖਿਆਲ ਉਹਦੇ ਡਾਕਟਰ ਨੇ ਦੂਜੇ ਪਾਤੇ ਡਰ ਰਾਜਾ
ਕਈ ਡਾਕਟਰ ਇਹੋ ਜਿਹਾ ਹੁੰਦਾ ਉਹ ਅੰਦਰਲੇ ਖਿਆਲਾਂ ਵਿੱਚ ਵਿਲ ਪਾਵਰ ਦੀ ਪਾ ਦਿੰਦਾ ਬਈ ਦੋ ਚਾਰ ਦਿਨਾਂ ਵਿੱਚ ਸਾਰਾ ਹੋ ਜਾਣਾ ਵੀ ਬਹੁਤੀ ਫਿਕਰ ਵਾਲੀ ਗੱਲ ਨਹੀਂ ਇਹ ਆਮ ਕਈਆਂ ਨੂੰ ਹੈ ਫੈਲਿਆ ਹੋਇਆ ਕੋਈ ਬੜਾ ਅਸਰ ਕਰਦਾ ਜੋ ਤੁਸੀਂ ਅੰਦਰ ਖਿਆਲ ਮੇਰੇ ਨਾਲ ਖੁਦ ਬੀਤੇ ਪਿੱਛੇ ਜੇ ਮੈਂ ਦਵਾਈ ਲਈ ਢਿੱਲਾ ਹੋਇਆ ਵਿੱਚ ਡਾਕਟਰ ਚੇਂਜ ਕੀਤਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਦਵਾਈ ਦੇਣਾ ਵੀ ਤੁਸੀਂ ਭਾਵੇਂ ਹੁਣੇ ਢਿੱਲੇ ਹੋ ਪਰ ਦਵਾਈ ਲਓ ਘੰਟੇ ਬਾਅਦ ਮੈਂ ਕੀਰਤਨ ਵੀ ਕਰੋਗੇ ਸਭ ਕੁਝ ਮੈਂ ਲੈ ਲਈ ਜੋ ਵੀ ਅਗਲੇ ਦਿਨ ਵੀ ਖੁਰਾਕ ਲੈ ਲਈ ਮੇਰੇ ਆਪਣੇ ਅੰਦਰ ਨਾ ਇੱਕ ਵਹਿਮ ਜਿਹਾ ਆ ਗਿਆ ਜਿਹੜੀਆਂ ਦੂਜੀਆਂ ਦਵਾਈਆਂ ਹੁੰਦੀਆਂ ਨਾ ਉਹ ਪਤਾ ਨਹੀਂ ਕੀ ਅੰਗਰੇਜ਼ੀ 'ਚ ਕਹਿੰਦੇ ਨੇ ਉਹ ਮੇਰੇ ਦਿਮਾਗ 'ਚ ਆ ਗਿਆ ਮੈਨੂੰ ਉਹ ਸਟੇਰਡ ਦਵਾਈਆਂ ਦੇ ਦਿੱਤੀਆਂ ਤੇ ਉਹ ਫਿਰ ਬਾਅਦ 'ਚ ਨੁਕਸਾਨ ਕਰਦੀ ਦਿਮਾਗ 'ਚ ਆਇਆ ਉਸ ਤੋਂ ਬਾਅਦ ਮੇਰੇ ਘਬਰਾਹਟ ਵੀ ਸ਼ੁਰੂ ਹੋ ਗਈ ਸਰੀਰ ਕੱਚਾ ਜਿਹਾ ਵੀ ਰਹਿਣ ਲੱਗ ਪਿਆ ਡਾਵਾਂ ਡੋਲ ਵੀ ਮੈਂ ਦਵਾਈਆਂ ਦੋ ਤਿੰਨ ਦਿਨ ਗਲਤ ਖਾਵੇ ਮੈਂ ਕਿਹਾ ਹੁਣ ਕੱਢਾਂ ਕਿਵੇਂ ਉਹ ਖਿਆਲ ਉਹ ਬਣੀ ਜਾਂਦੇ ਉਹਦੇ ਮੁਤਾਬਕ ਹੀ ਸਿਹਤ ਹੋਰ ਖਰਾਬ ਹੋਈ ਵੀ ਮੈਂ ਦੂਜੀਆਂ ਸਟੇਟ ਦਵਾਈਆਂ ਖਾਵੇ ਜਿਹੜੀ ਬਹੁਤ ਜਲਦੀ ਠੀਕ ਕਰਦੀ ਪਰ ਬਾਅਦ ਨੁਕਸਾਨ ਫਿਰ ਜਿਹਨੇ ਦਿੱਤੀਆਂ ਨਾ ਮੈਂ ਝਾਕਾ ਲਾ ਕੇ ਉਹਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਨੂੰ ਸੱਚ ਦੱਸਿਓ ਮੈਨੂੰ ਦਵਾਈਆਂ ਕਿਹੜੀਆਂ ਦਿੱਤੀਆਂ ਤੁਸੀਂ ਆਮ ਹੀ ਦਿੱਤੀਆਂ ਕਿ ਦੂਜੀਆਂ ਸਟੇਟ ਦਿੱਤੀਆਂ ਵੀ ਮੇਰੇ ਉਹ ਸਾਰਾ ਅੰਦਰ ਦਾ ਮੇਰਾ ਅਪਸੈਟਿੰਗ ਹੋਈ ਜਾ ਰਹੀ ਹੈ ਸਰੀਰ ਕੱਚਾ ਜਾ ਜਿਵੇਂ ਬਸ ਨਵਾਂ ਡੋਲ ਉਹ ਵੀ ਵਿਚਾਰਾ ਭਗਤ ਸੀ ਉਹ ਕਹਿਣ ਲੱਗਾ ਸਿਰਫ ਇੱਕ ਗੋਲੀ ਦਿੱਤੀ ਹੈ ਸਟੇਟ ਬਾਕੀ ਸਾਰੀਆਂ ਨੋਰਮਲ ਦਵਾਈਆਂ ਦਿੱਤੀਆਂ ਤੁਹਾਨੂੰ ਕੋਈ ਨਹੀਂ ਉਹਦੀ ਗੱਲ ਜਦੋਂ ਮੈਂ ਅੰਦਰ ਪਾ ਲਈ ਨਾ ਵੀ ਬਾਕੀ ਸਾਰੀਆਂ ਦਵਾਈਆਂ ਨੋਰਮਲ ਯਕੀਨ ਜਾਣਿਓ ਘੰਟੇ ਬਾਅਦ ਮੇਰੀ ਤਬੀਅਤ ਸਾਰੀ ਫਸਟ ਕਲਾਸ ਜੋ ਅੰਦਰ ਸੋਚ ਪਈ ਜੇ ਸੀ ਉਹ ਯਾਰ ਬਣੀ ਜਾਂਦਾ ਥੋੜੇ ਦਿਨ ਹੋਏ ਤੁਹਾਨੂੰ ਪੰਮਾ ਭੈਣ ਜੀ ਨੇ ਕਥਾ ਸੁਣਾਈ ਸੀ ਬਾਹਰਲੇ ਮੁਲਕ 'ਚ ਕਿਸੇ ਨੂੰ ਸਜ਼ਾ ਦਿੱਤੀ ਗਈ ਮੌਤ ਦੀ ਸਿਰਫ ਸਾਇੰਸ ਵਾਲਿਆਂ ਨੇ ਆਗਿਆ ਮੰਗੀ ਕੋਰਟ ਕੋਲੋਂ ਕੋਰਟ ਤੋਂ ਅਸੀਂ ਇੱਕ ਤਜਰਬਾ ਕਰਨਾ ਵੀ ਇਹਨੂੰ ਤੁਸੀਂ ਮਾਰਨਾ ਤਾਂ ਹੈ ਹੀ ਹੈ ਫਾਂਸੀ ਦੇ ਕੇ ਜਾਂ ਜਿਸ ਢੰਗ ਨਾਲ ਵੀ ਅਸੀਂ ਇੱਕ ਤਜਰਬਾ ਕਰਨਾ ਚਾਹੁੰਦੇ ਹਾਂ ਤੁਸੀਂ ਮਾਰਨਾ ਹੀ ਹੈ ਵੀ ਉਂਝ ਨਾ ਮਾਰੋ ਤੇ ਸਾਨੂੰ ਤੁਹਾਡਾ ਤਜਰਬਾ ਹੋ ਜਾਏਗਾ ਟੀਕਾ ਲਾ ਕੇ ਇਹਨੂੰ ਟੀਕਾ ਲਾ ਕੇ ਮਾਰਨਾ ਚਾਹੁੰਦੇ ਉਹਨਾਂ ਕਿ ਕਰ ਲਓ ਕੋਰਟ ਨੇ ਆਗਿਆ ਦੇ ਉਹ ਜਦੋਂ ਟੀਕਾ ਭਰ ਲਿਆ ਤੇ ਜਿਹਨੂੰ ਸਜ਼ਾ ਹੋਈ ਸੀ ਨਾ ਕੋਰਟ ਵੱਲੋਂ ਉਹਨੂੰ ਕਹਿਣ ਲੱਗੇ ਵੀ ਜਿਹੜਾ ਕੋਬਰਾ ਸੱਪ ਹੁੰਦਾ ਨਾ ਸੱਪ ਕੋਬਰਾ ਜ਼ਹਿਰੀਲਾ ਤੇ ਉਹਦਾ ਜ਼ਹਿਰ ਹੈ ਠੀਕ ਹੈ ਉਂਝ ਤੈਨੂੰ ਫਾਂਸੀ ਦੇ ਕੇ ਮਾਰਨਾ ਸੀ ਪਰ ਅਸੀਂ ਇਹ ਕੋਬਰੇ ਦੇ ਜ਼ਹਿਰ ਵਾਲੇ ਟੀਕੇ ਨਾਲ ਤੈਨੂੰ ਮਾਰਨ ਲੱਗੇ ਹਾਂ ਚਲ ਤੇਰੀ ਜਾਨ ਵੀ ਸੌਖੀ ਤੇ ਅਸੀਂ ਆਪਣਾ ਕੋਈ ਸਾਇੰਸ ਦਾ ਤਜਰਬਾ ਕਰਨਾ ਚਾਹੀਦਾ ਹੁਣ ਤੋਂ ਢਾਈ ਘੰਟੇ ਬਾਅਦ ਇਹ ਤੈਨੂੰ ਕੋਬਰੇ ਦੇ ਜ਼ਹਿਰ ਵਾਲਾ ਟੀਕਾ ਲਾਉਣਾ ਹੁਣ ਨੋਟ ਕਰਿਓ ਟੀਕਾ ਸੀ ਪਾਣੀ ਦਾ ਕਾਕੋ ਸਾਹਿਬ ਕੋਬਰੇ ਦੇ ਜ਼ਹਿਰ ਦਾ ਉਹ ਢਾਈ ਤਿੰਨ ਘੰਟੇ ਬਸ ਉਹਦੇ ਅੰਦਰ ਦਿਮਾਗ ਜੇ ਹੋਈ ਵੀ ਮੈਨੂੰ ਢਾਈ ਘੰਟੇ ਬਾਅਦ ਕੋਬਰੇ ਦੇ ਜ਼ਹਿਰ ਦਾ ਟੀਕਾ ਲੱਗਣਾ ਕੋਬਰੇ ਦੇ ਜ਼ਹਿਰ ਦਾ ਟੀਕਾ ਲੱਗਣਾ ਕੋਬਰੇ ਦੇ ਜ਼ਹਿਰ ਦਾ ਟੀਕਾ ਲੱਗਣਾ ਖਿਆਲ ਸਾਰੇ ਉਹ ਕਹਿੰਦੇ ਟੀਕਾ ਪਾਣੀ ਦਾ ਹੀ ਲਾਇਆ ਪਰ ਲਾਉਣ ਦੀ ਦੇਰ ਸੀ ਉਹਦੇ ਅੰਦਰ ਇਹੋ ਹੀ ਅਮਰੀਦ ਹੈ ਵੀ ਮੈਨੂੰ ਕੋਬਰੇ ਦੀ ਜ਼ਹਿਰ ਦਾ ਟੀਕਾ ਇਸ ਢੰਗ ਨਾਲ ਮੇਰੀ ਮੌਤ ਦਿੱਤੀ ਜਾ ਰਹੀ ਕਹਿੰਦੇ ਪੰਜ ਮਿੰਟ ਬਾਅਦ ਉਹ ਬੰਦੇ ਦੀ ਮੌਤ ਹੋ ਗਈ ਹੁਣ ਮੌਤ ਹੋਣ ਤੋਂ ਬਾਅਦ ਜਦੇ ਉਹ ਡਾਕਟਰ ਫਿਰ ਕਰਦੇ ਆ ਕੀ ਪੋਸਟਮਾਰਟਮ ਉਹ ਜਦੋਂ ਉਹਨਾਂ ਨੇ ਆਪਣਾ ਪੋਸਟਮਾਰਟਮ ਕੀਤਾ ਵੀ ਜਿਹੜੇ ਤਜਰਬੇ ਲਈ ਆਗਿਆ ਲਈ ਸੀ ਕੋਰਟ ਕੋਲੋਂ ਜਦੋਂ ਪੋਸਟਮਾਰਟਮ ਕੀਤਾ ਤੇ ਉਹਦੇ ਅੰਦਰ ਵਾਕਈ ਕੋਬਰੇ ਦਾ ਜ਼ਹਿਰ ਜਿਹਦੇ ਨਾਲ ਉਹਦੀ ਮੌਤ ਡਾਕਟਰ ਕਹਿੰਦੇ ਅਸੀਂ ਜੇ ਪਾਣੀ ਦਾ ਟੀਕਾ ਲਾਇਆ ਉਸ ਵੇਲੇ ਡਾਕਟਰਾਂ ਨੇ ਤੱਤ ਕੱਢਿਆ ਕਿ ਜੋ ਬੰਦਾ ਸੋਚਦਾ ਨਾ ਉਹੋ ਹੀ ਉਹਦੇ ਅੰਦਰ ਤੱਤ ਬਣਦੇ ਕੀਟਾਣੂ ਬਣਦੇ ਵਿਟਾਮਿਨ ਬਣਦੇ ਉਹਦੇ ਹੀ ਅੰਦਰ ਜ਼ਹਿਰ ਬਣਦਾ ਇਸ ਕਰਕੇ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਸਾਖੀ ਤੋਂ ਇਹ ਵੀ ਜ਼ਿਕਰ ਲੈਣੀ ਕਿ
ਜੇ ਸੋਚ ਵਿਲ ਪਾਵਰ ਵਾਲੀ ਭਰੋਸੇ ਵਾਲੀ ਰੱਖੋਗੇ ਤੇ ਅੰਦਰ ਦੇ ਤੁਹਾਡੇ ਭਰੋਸੇ ਹੋਰ ਤਕੜੇ ਹੋਣਗੇ। ਇਹ ਸਾਇੰਸ ਨੇ ਤਜਰਬਾ ਕੀਤਾ ਬਾਹਰਲੇ ਮੁਲਕ ਚ, ਉਹਨੂੰ ਫਿਰ ਵਟਸਐਪ ਤੇ ਉਹਨਾਂ ਨੇ ਸਾਰੇ ਬੰਨੇ ਪਾਈ ਵੀਡੀਓ ਜਿਹੜੀ ਬੱਚੀ ਨੇ ਵਜਣ ਸੁਣਾਇਆ। ਹੁਣ ਮੇਰੇ ਨਾਲ ਵੀ ਜਿਹੜੀ ਹੈ ਚੀਜ਼ ਕੁਝ ਮਹੀਨੇ ਪਹਿਲੇ ਬੀਤੀ, ਇਹ ਸੱਚਾਈ ਸੁਣਾ ਰਿਹਾ। ਮੇਰੇ ਅੰਦਰ ਵੀ ਖਿਆਲ ਵੀ ਮੈਂ ਉਹ ਦਵਾਈਆਂ ਖਾਵਣ ਜਿਹੜੀ ਕੰਮ ਕਰਨੀ ਪਰ ਸਿਹਤ ਲਾ ਦੇਣੀ ਹੈ, ਬਿਲਕੁਲ ਕੱਚਾ ਪੱਕਾ ਸਰੀਰ। ਜਦੋਂ ਮੈਨੂੰ ਉਹ ਕਲੀਅਰ ਹੋ ਗਿਆ ਘੰਟੇ ਬਾਅਦ ਵੀ ਸੋਚ ਅੰਦਰ ਸਹੀ ਪਾ, ਦੂਜੀਆਂ ਸੋਚਾਂ ਫਿਕਰਾਂ ਨਹੀਂ ਆ, ਉਹ ਸਗੋਂ ਹੋਰ ਤੁਹਾਨੂੰ ਡਾਊਨ ਕਰਦੇ। ਹੁਣ ਜਿਹੜਾ ਸੀਨ ਦੇਖੋ, ਐ ਗੁਰੂ ਗੋਬਿੰਦ ਸਿੰਘ ਟਹਿਲਦੇ ਪਏ ਤੇ ਸਿੰਘਾਂ ਦੇ ਅੰਦਰ ਕੀ ਪਾ ਰਹੇ, ਅਸੀਂ ਚਾਲੀਆਂ ਉਧਰ ਲੱਖਾਂ ਦਾ ਕੱਟ। ਸਿੰਘੋ ਭਰੋਸੇ ਦੀ ਜਿਹੜੀ ਪਾਵਰ ਟੁੱਟਣ ਨਹੀਂ ਦੇਣੀ। ਅਗਲੇ ਬਚਨ ਲਿਖੇ ਰਾਈਟਰਾਂ ਨੇ, ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਭਰੋਸਾ ਸਿੰਘੋ ਇੰਨਾ ਤਕੜਾ ਰੱਖਣਾ ਕਿ ਮੇਰਾ ਗੁਰੂ ਨਾਨਕ ਨਾਲ ਏ, ਮੈਂ ਕੱਲਾ ਹੀ 125,000 ਨਾਲ ਲੜ ਸਕਦਾ। ਤੇ ਅਗਲਾ ਬਚਨ ਲਿਖਿਆ ਇਤਿਹਾਸਕਾਰਾਂ ਨੇ, ਗੁਰੂ ਗੋਬਿੰਦ ਸਿੰਘ ਆਪਣੇ ਸਿੰਘਾਂ ਨੂੰ ਕਹਿੰਦੇ, ਗੁਰਬਾਣੀ ਦਾ ਪਾਠ ਨਿਰੰਤਰ ਕਰੀ ਜਾਣਾ, ਜਿੰਨੇ ਉਹ ਬਣਾਉਣਾ ਗੱਲਾਂ ਨਾਲ ਹੀ ਬਣਾਉਣਾ। ਗੁਰਬਾਣੀ ਦਾ ਪਾਠ ਸਿੰਘੋ ਨਿਰੰਤਰ ਕਰੀ ਜਾਣਾ ਤੇ ਅਗਲੇ ਲਫ਼ਜ਼ਾਂ 'ਚ ਜਕਾਰਾ ਬੁਲਾਇਓ। ਇਹ ਸਾਰਾ ਕੁਝ ਬੋਲ ਕੇ ਬਾਜਾਂ ਨੇ ਕਹਿੰਦੇ, ਗੁਰੂ ਨਾਨਕ ਦੀ ਕਿਰਪਾ ਨਾਲ 125,000 ਨਾਲ ਲੜਨ ਵਾਲਾ ਭਰੋਸਾ ਰੱਖਣਾ ਅੰਦਰ, ਗੁਰਬਾਣੀ ਦਾ ਨਿਰੰਤਰ ਪਾਠ ਕਰੀ ਜਾਣਾ। ਅਗਲੇ ਬਚਨ ਕਲਗੀ ਵਾਲੇ ਕਹਿੰਦੇ, ਸਾਡੀ ਨਿਸ਼ਚੈ ਜੇਤੀ ਹੋਵੇਗੀ, ਸਾਡੀ ਵੀ ਨਿਸ਼ਚੈ ਜਿੱਤ ਹੋਏਗੀ। ਹੁਣ ਬੜੇ ਵਧੀਆ ਸਵਾਲ ਜਵਾਬ ਹੈ ਜੀ। ਉਹ ਟਹਿਲਦੇ ਟਹਿਲਦੇ ਜਦੋਂ ਮਹਾਰਾਜ ਬੈਟਰੀ ਚਾਰਜ ਕੀਤੀ ਤੇ ਭਾਈ ਦਇਆ ਸਿੰਘ ਪਤਾ ਕੀ ਕਹਿੰਦੇ, ਭਾਈ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਇੱਕ ਬੇਨਤੀ ਮੰਨ ਲਓ ਸਾਡੀ। ਗੁਰੂ ਗੋਬਿੰਦ ਸਿੰਘ ਕਹਿੰਦੇ, ਦੱਸੋ। ਕਹਿੰਦੇ, ਮਹਾਰਾਜ ਅਸੀਂ ਜੂਝਦੇ ਹਾਂ, ਅਸੀਂ 40 ਸਿੰਘ ਆਪੇ ਜੂਝਦੇ ਹਾਂ, ਮਹਾਰਾਜ ਅਸੀਂ ਜੂਝਦੇ ਹਾਂ, ਤੁਸੀਂ ਪੁੱਤਰਾਂ ਨੂੰ ਲੈ ਕੇ ਗੜੀ ਚੋਂ ਚਲੇ। ਉਹ ਫਿਰ ਟਹਿਲਦੇ ਟਹਿਲਦੇ ਬਾਜਾਂ ਲੈ ਕਹਿੰਦੇ, ਭਾਈ ਦਇਆ ਸਿੰਘ ਤੂੰ ਕਿਹੜੇ ਪੁੱਤਰਾਂ ਦੀ ਗੱਲ ਕਰ ਰਿਹਾ? ਕਹਿੰਦੇ ਜੀ, ਆਹ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਇਹਨੂੰ ਲੈ ਕੇ ਗੜੀ ਚੋਂ ਨਿਕਲੋ, ਅਸੀਂ ਆਪੇ ਜੂਝਦੇ। ਤੇ ਗੁਰੂ ਗੋਬਿੰਦ ਸਿੰਘ ਜੀ ਅੱਗੋਂ ਕੀ ਜਵਾਬ ਦਿੰਦੇ ਨੇ, ਤੂੰ ਕਿਹੜੇ ਪੁੱਤਰਾਂ ਦੀ ਗੱਲ ਕਰਦਾ? ਉਹ ਦਇਆ ਸਿੰਘ, ਤੁਸੀਂ ਵੀ ਸਾਰੇ ਮੇਰੇ ਪੁੱਤਰ, ਸਾਰੀ ਸੰਗਤ ਵੀ ਮੇਰੀ ਪੁੱਤਰ ਹੀ। ਐਡਾ ਪਿਆਰ ਕਰਦਾ, ਐਡਾ ਪਿਆਰ ਕਰਦਾ। ਚਾਰ ਪੰਜ ਮਿੰਟ ਕੋਈ ਨਾ ਉੱਠੋ, ਤਾਂ ਕਿ ਟਿਕਾਓ, ਕਿਉਂਕਿ ਇਹ ਹੁਣ ਅਗਲੀ ਵਾਰੀ ਆਪਾਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਇਹਨੂੰ ਫਿਰ ਅੱਜ ਪੂਰਾ ਕਰ ਲਈ, ਥੋੜ੍ਹਾ ਜਿਹਾ ਜੰਗ ਤੱਕ ਪਹੁੰਚਣਾ, ਕਿਉਂਕਿ ਇਹਦੇ ਵਿੱਚ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਅੱਜ ਸ਼ਹੀਦੀ ਹੈ ਜਿਹੜੀ ਆਉਣ ਵਾਲਾ ਜੀ। ਮਹਾਰਾਜ ਕਹਿੰਦੇ, ਕਿਹੜੇ ਪੁੱਤਰਾਂ ਦੀ ਗੱਲ ਕਰਦੇ? ਤੁਸੀਂ ਵੀ ਮੇਰੇ ਪੁੱਤਰ ਹੋ ਤੇ ਸਾਰੀ ਸੰਗਤ ਮੇਰੀ ਪੁੱਤਰ। ਦਾਸ ਦਾ ਦਿਲ ਕਰਦਾ ਜੀ, ਅੰਦਰੋਂ ਇੱਕ ਵਾਰੀ ਕਹਿ ਦਿਓ, ਗੁਰੂ ਗੋਬਿੰਦ ਸਿੰਘ
ਗੜੀ ਸੀ ਚੌਂਕੌਰ ਦੀ ਜਿੱਥੇ ਮਹਾਰਾਜ ਨੇ ਟਹਿਲਦਿਆਂ ਪਹਿਲੇ ਬੈਟਰੀ ਚਾਰਜ ਕੀਤੀ ਸਿੰਘਾਂ ਨੇ ਸਵਾਲ ਕੀਤਾ ਭਾਈ ਦਿਆ ਸਿੰਘ ਪੁੱਤਰਾਂ ਨੂੰ ਲੈ ਕੇ ਆਪ ਜੀ ਨਿਕਲ ਜਾਓ ਅਸੀਂ ਜੂਝਦੇ ਹਾਂ ਮਹਾਰਾਜ ਕਹਿੰਦੇ ਸਾਰੇ ਮੇਰੇ ਪੁੱਤਰ ਸਾਰੀ ਸੰਗਤ ਹੀ ਮੇਰੀ ਪੁੱਤਰ ਹੁਣ ਮਹਾਰਾਜ ਨਾ ਇੰਜ ਗੜੀ ਵੱਲ ਵੇਖੀ ਜਾ ਰਿਹਾ ਸਾਰੀ ਇਹ ਕਿਹੋ ਜਿਹਾ ਸਮਾਂ ਹੋਇਆ ਹੁਣ ਭਾਈ ਦਇਆ ਸਿੰਘ ਤੇ ਕੁਝ ਸਿੰਘ ਪੁੱਛਦੇ ਹੈ ਗੁਰੂ ਹੱਸੇ ਤੇ ਕੋਈ ਲੀਲਾ ਹੈ ਗੁਰੂ ਵੇਖੇ ਤੇ ਕੋਈ ਲੀਲਾ ਹੈ ਗੁਰੂ ਬਾਂਹ ਚੁੱਕਦੇ ਤੇ ਕੋਈ ਲੀਲਾ ਹੈ ਕੋਈ ਕਰ ਰਿਹਾ ਕਿਸੇ ਨੂੰ ਤਾਰ ਰਿਹਾ ਉਹ ਸਿੰਘ ਸਿੱਧ ਗੱਲ ਸੀ ਵੇਖੇ ਹੋਏ ਕਹਿੰਦੇ ਮਹਾਰਾਜ ਗੜੀ ਵੱਲ ਬੜਾ ਗੌਰ ਨਾਲ ਸਾਰਾ ਵੇਖੀ ਜਾ ਰਹੇ ਹੋ ਕੀ ਵੇਖ ਰਹੇ ਹੋ ਉਹ ਜਿਹੜੇ ਲਫ਼ਜ਼ ਗਏ ਨਾ ਭਾਈ ਵੀਰ ਸਿੰਘ ਨੇ ਲਿਖੇ ਮੈਨੂੰ ਬੜੇ ਪਿਆਰੇ ਲੱਗੇ ਮੈਂ ਤਾਂ ਆਪ ਜੀ ਅੱਗੇ ਰੱਖਣ ਲੱਗਾ ਥੋੜਾ ਜਿਹਾ ਮੈਂ ਕੱਟ ਮਾਰਤਾ ਆਪ ਜੀ ਲੇਟ ਨਾ ਹੋ ਭਾਈ ਦਇਆ ਸਿੰਘ ਹੋਰ ਸਿੰਘ ਕਹਿੰਦੇ ਮਹਾਰਾਜ ਕੀ ਵੇਖ ਰਹੇ ਹੋ ਗੜੀ ਵੱਲ ਅੱਗੋਂ ਪਤਾ ਕੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਇਆ ਸਿੰਘ ਜੀ ਆ ਜਿਹੜੀ ਸਿੱਖੀ ਹੈ ਨਾ ਸਿੱਖੀ ਇਹਦਾ ਜਨਮ ਹੋਇਆ ਨਨਕਾਣਾ ਸਾਹਿਬ ਆਖੋ ਸਾਹਿਬ ਇਹ ਸਿੱਖੀ ਦਾ ਆਗਮਨ ਹੋਇਆ ਨਨਕਾਣਾ ਸਾਹਿਬ ਤੇ ਭਾਈ ਦਇਆ ਸਿੰਘ ਜੀ ਇਹ ਸਿੱਖੀ ਨੇ ਪੰਘੂੜੇ ਦੇ ਵਿੱਚ ਝੂਲਾ ਝੂਲਿਆ ਸ੍ਰੀ ਪਟਨਾ ਸਾਹਿਬ ਜਨਮ ਹੋਇਆ ਨਨਕਾਣਾ ਸਾਹਿਬ ਤੇ ਝੂਲਾ ਝੂਲਿਆ ਪਟਨਾ ਸਾਹਿਬ ਅੱਗੋਂ ਕਲਗੀਧਰ ਕਹਿੰਦੇ ਐਸ ਸਿੱਖੀ ਨੇ ਗੁਰਮਤ ਦੀ ਤਾਲੀਮ ਲਈ ਏ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਸਕੂਲ ਹੈ ਸਿੱਖੀ ਦਾ ਉਹ ਅਨੰਦਪੁਰ ਸਾਹਿਬ ਜਿੱਥੋਂ ਤਾਲੀਮ ਲਈ ਤੂੰ ਕਹਿੰਦਾ ਭਾਈ ਦਇਆ ਸਿੰਘ ਮੈਂ ਗੜੀ ਵੱਲ ਕੀ ਵੇਖਦਾ ਪਿਆ ਕੰਧਾਂ ਵੱਲ ਉਹ ਦਇਆ ਸਿੰਘ ਸਿੱਖੀ ਦਾ ਜਨਮ ਹੋਇਆ ਨਨਕਾਣਾ ਸਾਹਿਬ ਪੰਘੂੜਾ ਝੁਕਿਆ ਪਟਨਾ ਸਾਹਿਬ ਸਕੂਲ ਅਨੰਦਪੁਰ ਸਾਹਿਬ ਤੇ ਆ ਸਿੱਖੀ ਦੀ ਪੰਥ ਦੀ ਯੂਨੀਵਰਸਿਟੀ ਏ ਆ ਕੱਚੀ ਗੜੀ ਸਿੱਖੀ ਦੀ ਪੰਥ ਦੀ ਜਿਹੜੀ ਯੂਨੀਵਰਸਿਟੀ ਹੈ ਨਾ ਆ ਚਮਕੌਰ ਦੀ ਕੱਚੀ ਗੜੀ ਇਹ ਯੂਨੀਵਰਸਿਟੀ ਏ ਮੈਂ ਨਾ ਕੰਧਾਂ ਵੱਲ ਵੇਖ ਕੇ ਕੀ ਵੇਖ ਰਿਹਾ ਕਿ ਅੱਜ ਇਸ ਯੂਨੀਵਰਸਿਟੀ ਦੇ ਵਿੱਚ ਪੰਥ ਦਾ ਇਮਤਿਹਾਨ ਹੋਣਾ ਅੱਜ ਯੂਨੀਵਰਸਿਟੀ ਚ ਪੰਥ ਦਾ ਇਮਤਿਹਾਨ ਹੋਣਾ ਅੱਜ ਮੈਂ ਦੇਖਣਾ ਵੀ ਖਾਲਸਾ ਕਿੰਨੇ ਕੁ ਨੰਬਰ ਲੈ ਕੇ ਪਾਸ ਹੁੰਦਾ ਜਗਹਾਰਾ ਦੇਣਾ ਪਿਆ ਇਹ ਮੇਰੀ ਯੂਨੀਵਰਸਿਟੀ ਦਸ ਲੱਖ ਦਾ ਕੱਟ ਹੈ ਪਰ ਆਪਾਂ ਸਵਾ ਵੀ ਕਹੀਏ ਨਾ ਛੇ ਨੂੰ ਸਵਾ ਦੇ ਗੁਣਾ ਦਿਓ ਤੇ ਸਾਢੇ ਸੱਤ ਬਣ ਇੱਥੇ ਬਚਨ ਪੂਰੇ ਕੀਤੇ 1.25 ਲੱਖ ਸੇ ਥੋੜਾ ਹੁਣ ਜਿਗਰ ਲੈਣਾ ਜਿਹੜਾ ਛੋਟੀ ਉਮਰੇ ਪੂਗੀਆਂ ਰੂਹਾਂ ਇੱਕ ਦੋ ਜਥੇ ਭੇਜਣ ਤੋਂ ਬਾਅਦ ਨਾ ਸਾਹਿਬਜ਼ਾਦਾ ਅਜੀਤ ਸਿੰਘ ਕਹਿੰਦੇ ਮਹਾਰਾਜ ਮੇਰਾ ਨੰਬਰ ਵੀ ਲਾਓ ਆਖੋ ਸਾਥ ਨਾ ਮੈਨੂੰ ਵੀ ਭੇਜੋ ਮਹਾਰਾਜ ਕਹਿੰਦੇ ਅੱਜ ਨੀ ਰੋਕਣਾ ਸਾਹਿਬਜ਼ਾਦਾ ਅਜੀਤ ਸਿੰਘ ਅੱਜ ਨੀ ਮੈਂ ਰੋਕਾਂਗਾ ਮਹਾਰਾਜ ਵੀ ਭੇਜੋ ਮੈਨੂੰ ਮੇਰੇ ਜਥੇ ਨਾਲ ਕਿਹਨੂੰ ਭੇਜਣਾ ਮਹਾਰਾਜ ਕੀ ਕਹਿੰਦੇ
हमने ही कहा था पाप को जान दीजिए धर्म पर, हमने ही कहा था पाप को जान दीजिए धर्म पर। लोग कहते हैं अब आपको जान दीजिए धर्म पर। गुरु गोविंद नानक का बाग है खूने जिगर से सजाऊंगा। ਛੋਟੀ ਉਮਰੇ ਪੁੱਗੀਆਂ ਰੂਹਾਂ ਸਾਹਿਬਜ਼ਾਦਾ ਅਜੀਤ ਸਿੰਘ ਇਹ ਸੁਣ ਕੇ ਤੁਹਾਨੂੰ ਆਨੰਦ ਆਏਗਾ, ਮੈਨੂੰ ਬੜਾ ਆਇਆ, ਮੈਨੂੰ ਅੱਜ ਤੱਕ ਇਹ ਖੋਜ ਲੰਬੀ ਨਹੀਂ। ਇੰਨਾ ਦਾਸ ਬੋਲਦਾ ਸੀ ਵੀ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਪੰਜ ਸਿੰਘ ਗਏ ਛਿਆਂ ਦਾ ਜੱਥਾ, ਪਰ ਪੰਜਾਂ ਦੇ ਨਾਂ ਨਹੀਂ ਸੀ ਮੈਨੂੰ ਪਤਾ। ਮੈਂ ਵਧਾਈ ਦਿੰਦਾ ਭਾਈ ਵੀਰ ਸਿੰਘ ਨੂੰ ਜਿਹਨਾਂ ਨੇ ਖੋਜ ਕਰਕੇ ਨਾਂ ਲੱਭੇ ਨੇ। ਆਖੋ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਪੰਜ ਸਿੰਘ ਕਿਹੜੇ ਕਿਹੜੇ ਗਏ? ਭਾਈ ਆਲਮ ਸਿੰਘ, ਆਖੋ ਸਾਥੋ, ਖਾਸ ਮੁਸਾਹਿਬ। ਦੂਜਾ ਸਿੰਘ ਕਿਹੜਾ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਜਥੇ? ਭਾਈ ਜਵਾਹਰ ਸਿੰਘ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਖੁਸ਼ ਹੋ ਕੇ ਕਿਹਾ ਸੀ ਇਹ ਮੇਰਾ ਮਹਾਂਯੋਧਾ ਹੈ। ਆਖੋ ਸਾਹਿਬ ਤੀਜਾ ਸਿੰਘ ਕਿਹੜਾ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਨਾਲ? ਭਾਈ ਧਿਆਨ ਸਿੰਘ, ਆਖੋ ਸਤਨਾਮ। ਇਹਨੂੰ ਮਹਾਰਾਜ ਨੇ ਖੁਸ਼ ਹੋ ਕੇ ਕਿਹਾ ਸੀ ਇਹ ਮੇਰਾ ਜੋਗੀ ਸਿੱਖ ਹੈ। ਆਖੋ ਸਤਨਾਮ। ਚੌਥਾ ਸਿੰਘ ਕਿਹੜਾ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਜੀ ਨਾਲ? ਭਾਈ ਸੁੱਖਾ ਸਿੰਘ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਖੁਸ਼ ਹੋ ਕੇ ਕਿਹਾ ਸੀ ਇਹ ਬੰਦੂਕ ਦਾ ਉਸਤਾਦ ਹੈ। ਪੰਜਵਾਂ ਸਿੰਘ ਕਿਹੜਾ ਗਿਆ? ਭਾਈ ਵੀਰ ਸਿੰਘ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਖੁਸ਼ ਹੋ ਕੇ ਆਖਿਆ ਸੀ ਇਹ ਮੇਰਾ ਬੜਾ ਵੱਡਾ ਤਲਵਾਰੀ ਹੈ, ਤਲਵਾਰ ਚਲਾਉਣ ਵਾਲਾ। ਆਖੋ ਸਾਧਨਾ। ਇਹ ਪੰਜ ਸਿੰਘ, ਭਾਈ ਆਲਮ ਸਿੰਘ, ਜਵਾਹਰ ਸਿੰਘ, ਧਿਆਨ ਸਿੰਘ, ਸੁੱਖਾ ਸਿੰਘ, ਭਾਈ ਵੀਰ ਸਿੰਘ, ਇਹ ਸਾਹਿਬਜ਼ਾਦੇ ਦੇ ਜਥੇ ਦੇ ਨਾਲ ਬਸ ਸਮਾਪਤੀ ਆਉਣ ਲੱਗੀ ਹੈ ਜੀ। ਇਹ ਚੀਜ਼ਾਂ ਬੜੀਆਂ ਪਿਆਰ ਵਧਾਉਂਦੀਆਂ ਨੇ। ਆ ਸਾਡੇ ਪਿਤਾ ਨੇ ਕਮਾਇਆ ਹੈ। ਗੁਰੂ ਗੋਬਿੰਦ ਸਿੰਘ ਜਹਾਂ ਮਾਰੀ ਵਹਾਂ ਪਾਣੀ ਨਿਕਲ ਆਇਆ। ਚਲੋ ਲੰਬਾ ਨਹੀਂ ਕਰਦੇ। ਸਾਹਿਬਜ਼ਾਦਾ ਅਜੀਤ ਸਿੰਘ ਪੰਜਾਂ ਸਿੰਘਾਂ ਨਾਲ ਲੈ ਕੇ ਇੰਜ ਲੜੇ, ਜਿਹੜਾ ਸੁਣਨ ਵਾਲਾ ਜੇਕਰ ਮੁਗਲਾਂ ਦੀਆਂ ਫੌਜਾਂ ਚੋਂ ਆਵਾਜ਼ ਆਉਂਦੀ ਹੈ ਵੀ ਇੰਜ ਲੱਗਦਾ ਇਹ ਗੁਰੂ ਸਾਹਿਬ ਆਪ ਨੇ। ਦਸਤਾਰ ਵਗੈਰਾ ਦਸਤਾਰਾਂ ਸਾਹਿਬ ਉਮਰ ਵੱਡੀ, ਇੰਜ ਲੱਗਦਾ ਗੁਰੂ ਗੋਬਿੰਦ ਸਿੰਘ ਆਪ ਨੇ। ਕਹਿੰਦੇ ਇੰਨੀ ਤੇਜ਼ ਸ਼ਮਸ਼ੀਰ ਚਲਾ ਰਹੇ ਸੀ ਸਾਹਿਬਜ਼ਾਦਾ ਅਜੀਤ ਸਿੰਘ ਕਿ ਮੁਗਲਾਂ ਚੋਂ ਆਵਾਜ਼ ਆਈ। ਨਹੀਂ ਨਹੀਂ, ਇਹ ਗੁਰੂ ਗੋਬਿੰਦ ਸਿੰਘ ਆਪ ਨਹੀਂ ਹੈਗੇ, ਇਹ ਕੋਈ ਗੁਰੂ ਗੋਬਿੰਦ ਸਿੰਘ ਕੋਲ ਸ਼ਕਤੀਆਂ ਨੇ,
ਇਹ ਗੁਪਤ ਸ਼ਕਤੀ ਭੇਜੀ ਏ, ਬੰਦਾ ਨਹੀਂ ਲੜ ਰਿਹਾ, ਇਹ ਗੁਪਤ ਸ਼ਕਤੀ ਲੜ ਰਹੀ ਹੈ। ਗੱਜ ਕੇ ਕਹਿ ਦਿਓ ਸਾਧ। ਤੀਜਾ ਮੁਗਲ ਕਹਿੰਦੇ ਕਹਿੰਦੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਲੱਗਦਾ। ਚੌਥਾ ਕਹਿੰਦਾ ਨਹੀਂ ਕੋਈ ਦੇਵੀ ਸ਼ਕਤੀ ਲੜ ਰਹੀ ਏ। ਮੇਰਾ ਦਿਲ ਕਰਦਾ ਸਾਰੀ ਸੰਗਤ ਬੋਲਿਓ ਤੇਰੇ ਚਾਰੇ ਲਾਲਾ ਮਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਕਹਿੰਦੇ ਕਿਧਰੋਂ ਆਵਾਜ਼ ਆਉਂਦੀ ਹੈ ਕੋਈ, ਉਹਨਾਂ ਨੇ ਤੇ ਲਫ਼ਜ਼ ਗਲਤ ਵੀ ਲਿਖੇ ਹੈ, ਜਿਵੇਂ ਕੋਈ ਗੁਪਤ ਰੂਹਾਂ ਆਉਂਦੀਆਂ ਨਾ ਵੀ ਇਹ ਸਾਡੇ ਤੇ ਉਹ ਛੱਡਦਾ, ਇਹ ਗੁਪਤ ਸ਼ਕਤੀ ਆ ਗਈ, ਇਹ ਦੇਵੀ ਸ਼ਕਤੀ। ਇਤਨਾ ਤੇਜ਼ੀ ਨਾਲ ਪਿਤਾ ਜੀ ਐਂ ਗੜੀ ਦੇ ਉੱਤੇ ਬਹਿ ਕੇ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਹੁਣ ਅਖੀਰਲੀ ਗੱਲ ਸੁਣਿਓ ਤੇ ਤਗੜਾ ਜਗਾਰਾ ਛੱਡਿਓ ਤੇ ਵਿਕ ਜਾਇਓ ਸਾਹਿਬਜ਼ਾਦਿਆਂ ਦੇ। ਔਰੰਗਜ਼ੇਬ ਵੇਲੇ ਇੱਕ ਅਖਬਾਰ ਨਿਕਲਦਾ ਸੀ ਦਰਬਾਰੇ ਮੌਲਾ, ਉਦੋਂ ਪ੍ਰੈਸ ਨਹੀਂ ਸੀ, ਜਿਵੇਂ ਵੀ ਉਹ ਅਖਬਾਰ ਨਿਕਲਦੀ ਸੀ ਔਰੰਗਜ਼ੇਬ ਵੱਲੋਂ, ਉਸ ਅਖਬਾਰ ਦਾ ਨਾਂ ਸੀ ਦਰਬਾਰੇ ਮੌਲਾ। ਰਾਈਟਰਾਂ ਨੇ ਔਰੰਗਜ਼ੇਬ ਵੱਲੋਂ ਜਿਹੜੀ ਅਖਬਾਰ ਨਿਕਲਦੀ ਸੀ ਨਾ ਦਰਬਾਰੇ ਮੌਲਾ, ਉਹਦਾ ਹਵਾਲਾ ਦੇ ਕੇ ਲਿਖਿਆ ਕਿ ਉਹ ਅਖਬਾਰ ਜਿਹੜੀ ਦਰਬਾਰੇ ਮੌਲਾ ਉਹਦੇ ਵਿੱਚ ਕੀ ਲਿਖਿਆ ਅਖਬਾਰ ਚ, ਕਿ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜਿਹੜਾ ਜੰਗ ਦੇ ਮੈਦਾਨ ਚ ਲੜਿਆ, ਇੰਨਾ ਕੁ ਜੂਝ ਕੇ ਲੜਿਆ ਕਿ ਇਹ ਪਹਿਲੀ ਵਾਰੀ ਟੋਟਲ ਮੁਲਕ ਵਿੱਚ ਇੱਕ ਮਿਸਾਲ ਏ। ਇਹ ਔਰੰਗਜ਼ੇਬ ਦੀ ਅਖਬਾਰ ਨੇ ਲਿਖਿਆ ਦਰਬਾਰੇ ਮੌਲਾ ਨੇ ਕਿ ਦੁਨੀਆਂ ਵਿੱਚ ਇੱਕ ਮਿਸਾਲ ਏ ਕਿ ਉਸ ਸਾਹਿਬਜ਼ਾਦੇ ਦੇ ਸਰੀਰ ਦੇ ਉੱਤੇ 392 ਫੱਟ ਲੱਗੇ ਸੀ, 392 ਫੱਟ ਸਾਹਿਬਜ਼ਾਦਾ ਅਜੀਤ ਸਿੰਘ ਦੇ। ਇੱਕ ਜਕਾਰਾ ਦਿਓ ਸ਼ੁਕਰਾਨੇ ਦਾ, ਆ ਸਾਡਾ ਪਿਓ, ਆ ਸਾਡੇ ਸਾਹਿਬਜ਼ਾਦੇ, ਬੁਲਾਈਓ ਜਕਾਰੇ ਪੰਜ ਕਰ ਦਿਓ ਪੂਰੇ ਫੱਟ ਕੀ ਹੈ, ਕਿਰਪਾਨ ਵਜੀ ਫੱਟ, ਦੂਜਾ ਫੱਟ, ਤੀਜਾ ਫੱਟ, ਚੌਥਾ ਫੱਟ, ਕਿਤੇ ਫੱਟ ਸਿਰ ਤੇ ਫੱਟ, 392 ਫੱਟ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਉਸ ਜੰਗ ਦੇ ਮੈਦਾਨ ਵਿੱਚ ਸਰੀਰ ਤੇ ਲੱਗੇ ਜਿਹਦੀ ਦੁਨੀਆਂ ਤੇ ਕੋਈ ਮਿਸਾਲ ਨਹੀਂ। ਤੇਰੇ ਚਾਰੇ ਲਾਲਾ ਪਰੇ ਕੁਝ ਨਹੀਂ, ਛੋਟੀ ਉਮਰੇ ਪੁਗੀਆਂ ਰੂਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਸਾਰਾ ਜੀਵਨ ਦਾ ਚੰਦ ਦਰਸ਼ਨ ਸ਼ਹੀਦੀ ਤੱਕ ਆਪ ਜੀ ਨੇ ਕੀਤੇ ਤੇ ਸਾਰੀ ਸੰਗਤ ਨੂੰ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬੜੇ ਧਿਆਨ ਨਾਲ ਸੁਣੇ, ਜਿਹੜੇ ਕਰਾ ਰਹੇ ਨੇ ਉਹ ਬਾਹਰ ਨੇ ਵਿਚਾਰਾ ਵਿਚਾਰਿਆ
ਆ ਵੇਖੋ ਸਿਵਲ ਸਲਾਹ ਡੋਟ ਕੌਮ ਤੋਂ ਵੇਖਦੇ ਨੇ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ ਹੈ ਵੀ ਸਾਡੇ ਵੱਲੋਂ ਇੱਕ ਗੁਰੂ ਦੇ ਦਿੱਤੇ ਜੋਂ ਆ ਸਮਾਗਮ ਦੀ ਹਾਜ਼ਰੀ ਲੱਗ ਰਹੀ ਹੈ। ਇਹ ਗੁਰਜੀਤ ਸਿੰਘ ਨੇ ਸ਼ਿਕਾਗੋ ਤੋਂ USA ਉਹਨਾਂ ਦੀ ਧਰਮ ਪਤਨੀ ਗੁਰਲੀਨ ਕੌਰ ਉਹਦੀ ਯਾਦ ਵਿੱਚ ਪ੍ਰੋਗਰਾਮ ਕਰਾ ਰਹੇ ਨੇ। ਜਿਵੇਂ ਵੀ ਸਮੇਂ ਮੁਤਾਬਕ ਭਾਣਾ ਵਰਤਿਆ ਉਮਰ ਭਾਵੇਂ ਛੋਟੀ ਸੀ ਗੁਰਜੀਤ ਸਿੰਘ ਜੀ ਆਪਣੀ ਧਰਮ ਪਤਨੀ ਗੁਰਲੀਨ ਕੌਰ ਦੀ ਯਾਦ ਵਿੱਚ ਅੱਜ ਦੇ ਸਮਾਗਮ ਕਰਾ ਰਹੇ ਨੇ। ਇਸ ਵੇਲੇ ਲਾਈਵ ਦੇਖ ਰਹੇ ਹੋਣਗੇ ਆਪ ਨਹੀਂ ਪਹੁੰਚ ਸਕੇ ਕਰਨਾਲ ਤੱਕ ਪਹੁੰਚੇ ਅੱਗੋਂ ਥੋੜਾ ਡਰਾਈਵਰ ਕਰਕੇ ਜਾਂ ਉਹਦੇ ਕਰਕੇ ਨਹੀਂ ਉੱਥੋਂ ਹੀ ਹੁਣ ਲਾਈਵ ਦੇਖ ਰਹੇ ਅਤੇ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਲਾਲਾ ਜੀ ਨਾਲ ਬਹੁਤ ਪਿਆਰ ਹੈ ਇਹਨਾਂ ਦੀ ਡਿਊਟੀ ਉਹਨਾਂ ਨੇ ਲਾਈ ਸੀ ਸਾਰੇ ਪ੍ਰੋਗਰਾਮ ਦੇ ਪ੍ਰਬੰਧ ਦੀ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਵੱਲੋਂ ਵੀ ਕੁਦਰਤੀ ਮਾਤਾ ਪਿਤਾ ਜੀ ਦਾ ਨਾਲ ਪਵਿੱਤਰ ਮਿੱਠੀ ਪਿਆਰ ਜੀ ਆਇਆਂ ਨੂੰ ਤੁਹਾਨੂੰ ਇੱਕ ਸੰਗਤਾਂ ਨੂੰ ਬੇਨਤੀ ਹੈ ਕੁਝ ਸੇਵਾਵਾਂ ਜਿਹੜੀਆਂ ਆਪਾਂ ਬੋਲਦੇ ਹਾਂ। ਭਾਈ ਸੁਰਿੰਦਰ ਸਿੰਘ ਮਨੀਵੀਰ ਜੀ 1 ਲੱਖ ਦੀ ਸੇਵਾ ਕੀਰਤਨ ਜਿਹੜੇ ਕੀਰਤਨੀਆਂ ਦੀ ਬੋਲੀ ਦੀ ਆ ਮੇਰੇ ਮਗਰ ਮੰਡੋਲੀਅਨ ਵਜਾ ਰਿਹਾ ਇਹਦਾ ਵੀ ਜਥਾ 21,321 ਕੀਰਤਨ ਦੀ ਸੇਵਾ। ਸਰਬਜੀਤ ਸਿੰਘ ਕੀਰਤਨੀ ਹੈ 11,500 ਕੀਰਤਨ ਦੀ ਸੇਵਾ। ਇਹਨਾਂ ਜਥਿਆਂ ਦਾ ਜਕਾਰਾ ਇਕੱਠਾ ਬੁਲਾ ਦਿਓ ਇੱਕ ਸੀਸ ਦੇ ਦਿਓ ਜੀ ਸਾਰੇ ਨਿਹਾਲ। ਭਾਈ ਅਮਨਦੀਪ ਸਿੰਘ ਜੀ ਵੀ ਸੰਗਤ ਦੇ ਦਰਸ਼ਨ ਕਰਨ ਪਹੁੰਚੇ ਨੇ ਬਹੁਤ ਖੁਸ਼ੀ ਹੁੰਦੀ ਹੈ ਜਥੇ ਆਉਣ ਆਪ ਬੈਠਣ ਜੀ ਆਇਆਂ ਨੂੰ। ਜੋਸ਼ ਜੀ ਤੇਜਿੰਦਰ ਸਿੰਘ ਜੋਸ਼ ਜੀ ਲੁਧਿਆਣੇ ਬੀਬੀ ਭਾਨੀ ਭਲਾਈ ਕੇਂਦਰ ਦਾ ਜਥਾ ਉਹਨਾਂ ਨੇ ਵੀ ਸਰੋਤੇ ਬਣ ਕੇ ਕੀਰਤਨ ਸੁਣਿਆ ਜੀ ਆਇਆਂ ਨੂੰ। ਸਾਰੀਆਂ ਸੰਗਤਾਂ ਨੂੰ ਆਨੰਦਪੁਰ ਸਾਹਿਬ ਤੋਂ ਵੀ ਸੰਗਤਾਂ ਆਈਆਂ ਜੀ ਆਇਆਂ ਨੂੰ। ਚੌਂਕ ਬਾਬਾ ਭੋੜੀ ਵਾਲਾ ਉਹਨਾਂ ਵੱਲੋਂ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ। ਅਖੀਰਲੀ ਹਾਜ਼ਰੀ ਸਾਡੀ ਐਤਵਾਰ ਅੰਦਾਜ਼ਾ 10:30 ਤੋਂ 11:30। ਉਸ ਤੋਂ ਪਹਿਲਾਂ ਹੋਰ ਵੀ ਬਹੁਤ ਜਥੇ ਆਏ ਨੇ ਆ ਰਹੇ ਨੇ ਉੱਥੇ ਚੌਂਕ ਬਾਬਾ ਭੋੜੀ ਵਾਲਾ ਸੰਗਤ ਸਾਰੀ ਹਾਜ਼ਰੀਆਂ ਭਰਿਓ। ਇੱਕ ਵਾਰੀ ਫਿਰ ਗੁਰਜੀਤ ਸਿੰਘ ਜੀ ਸ਼ਿਕਾਗੋ ਵਾਲੇ ਆਪਣੀ ਧਰਮ ਪਤਨੀ ਗੁਰਲੀਨ ਕੌਰ ਦੀ ਯਾਦ ਪ੍ਰੋਗਰਾਮ ਕਰਾ ਰਹੇ ਨੇ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਜੀ ਆਇਆਂ ਨੂੰ। ਇਹ ਜਿੰਨੀਆਂ ਸੰਗਤਾਂ ਪੂਰੀਆਂ ਇੱਥੋਂ ਬੈਟਰੀਆਂ ਚਾਰਜ ਕਰਕੇ ਜਾਇਓ ਤੁਹਾਡੀਆਂ ਅੱਖਾਂ 'ਚ ਨਸ਼ਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦਾ ਅਤੇ ਬਾਜਾਂ 'ਤੇ ਕਿਰਪਾ ਕਰਨ। ਕਿੱਡਾ ਵੱਡਾ ਸਾਡਾ ਇਤਿਹਾਸ ਹੈ ਜਿਹਦੀ ਦੁਨੀਆਂ 'ਤੇ ਕੋਈ ਮਿਸਾਲ ਨਹੀਂ। ਇਹ ਸਾਰੀਆਂ ਜੰਗਾਂ ਨਾ ਜੋਰੂ ਖਾਤਰ ਨਾ ਯਰ ਖਾਤਰ ਨਾ ਜ਼ਮੀਨਾਂ ਖਾਤਰ ਇੱਕ ਵੇਖ ਲਓ ਸੱਚਾਈ ਦੀ ਖਾਤਰ ਧਰਮ ਦੀ ਖਾਤਰ। ਆਓ ਕੋਈ ਵਾਂਝਾ ਨਾ ਰਹੇ ਬੜੇ ਪਿਆਰ ਦੇ ਨਾਲ ਕਿਰਪਾ ਕਰਿਓ ਜੀ ਸਾਰੇ। ਕੋਈ ਹੋਇਆ ਨਾ ਕੋਈ ਹੋਇਆ ਨਾ ਕੋਈ ਹੋਇਆ ਨਾ ਕੋਈ ਹੋਇਆ।
ਹਾਜ਼ਰੀ ਪ੍ਰਵਾਨ ਕਰਨੀ, ਸਾਰੀ ਸੰਗਤ ਨੂੰ ਰੋਮ ਰੋਮ ਰਾਹੀਂ ਜੀ ਆਇਆਂ ਨੂੰ, ਜਿੰਨੇ ਕਦਮ ਚੱਲ ਕੇ ਆਏ, ਜਿਹਨਾਂ ਕੋਲ ਸੋਮਵਾਰ ਸਮਾਂ ਹੋਵੇ, 12 to 6 ਵਜੇ ਤੱਕ ਲੜੀਆਂ ਨੇ ਬਾਬਾ ਦੀਪ ਸਿੰਘ ਜੀ ਕਲੋਨੀ, ਅਵਤਾਰ ਸਿੰਘ ਚੁੰਨੀਆ ਵਾਲੇ 68 ਨੰਬਰ ਕੋਠੀ, ਤੇ ਹੁਣ ਵੀਰ ਜੀ ਭਾਈ ਜਸਵਿੰਦਰ ਸਿੰਘ ਕੁਝ ਜ਼ਰੂਰੀ 9 ਮਿੰਟਾਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਨੇ। ਆਪ ਜੀ ਨੂੰ ਬਹੁਤ ਲੇਟ ਕਰ ਦਿੰਦੇ ਹਾਂ ਥੋੜ੍ਹਾ ਥੋੜ੍ਹਾ ਕਰਕੇ, ਆਪਣੀ ਕਿਸਮਤ ਹੀ ਲੇਟ ਆ, ਕਰੀਏ ਕੀ, ਆਖੋ ਸਾਧਾ ਪੂਰਾ ਧੱਕੇ ਨਾਲ ਨਿਕਲੇਗਾ ਅਜੇ। ਲਾਲਾ ਜੀ ਨੇ ਕਿੰਨੀਆਂ ਵਰਾਇਟੀਆਂ ਉੱਤੇ ਰੱਖਤੀਆਂ, ਇਹ ਸਕਿੰਟਾਂ ਜੀ ਲੈ ਕੇ ਨਿਕਲੇ ਆਪਣੇ ਵੱਲੋਂ, ਆਉਂਦਿਆਂ ਆਉਂਦਿਆਂ ਕਰਦਿਆਂ ਕਰਦਿਆਂ ਫਿਰ 6:20 ਤੱਕ ਪਹੁੰਚ ਜਾਈਦਾ, ਤੇ ਲੇਟ ਦੀ ਮਾਫ਼ੀ। ਹੁਣ ਰਸਤੇ ਚੋਂ ਭਾਈ ਸਾਹਿਬ ਪੜ੍ਹਦੇ ਜਾਇਓ, ਗੁਰਬਾਣੀ ਦੇ ਨਿਰੰਤਰ ਜਾਪ ਸਾਰੇ ਕਰਦੇ ਜਾਇਓ। ਔਰ ਵੇਖੋ, ਅਚਰਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕੱਟਿਆ ਜਾਈ, ਲਾਸਟ ਸਾਡੀ ਮੰਜ਼ਿਲ ਏ ਪ੍ਰੇਮ ਦੇ ਪੌੜੀ ਤੇ ਚੜ੍ਹਨਾ, ਆਖੋ ਸਾਧਨਾ। ਤੇ ਉਹ ਇਹਦੇ ਵਰਗਾ ਇਤਿਹਾਸ ਵੀ ਕੋਈ ਨਹੀਂ, ਇਹਦੇ ਵਰਗੀ ਕੁਰਬਾਨੀਆਂ ਵੀ ਕੋਈ ਨਹੀਂ, ਇਹਦੇ ਵਰਗਾ ਪਿਤਾ ਵੀ ਕੋਈ ਨਹੀਂ, ਤੇ ਬਸ ਉਸ ਪਿਤਾ ਦੇ ਚਰਨਾਂ ਨਾਲ ਪ੍ਰੇਮ ਦੀ ਪੌੜੀ ਤੇ ਚੜੀਏ, ਜਿਹਨੂੰ ਪਿਤਾ ਜੀ ਨੇ ਕਹਿਤਾ ਸਾਜ ਕਹੋ ਸੁਣ ਲਿਹੋ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਥੋਂ ਤੱਕ ਕਹਿਤਾ ਬਾਣੀ ਨੇ, ਅੰਧਕੂਪ ਤੇ ਕਾਢਣ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ, ਤੇਰਾ ਪਾਰ ਉਤਾਰਾ ਹੀ ਨਹੀਂ ਹੋ ਸਕਦਾ ਜਦ ਤੱਕ ਤੂੰ ਪ੍ਰੇਮ ਦੀ ਪੌੜੀ ਨਹੀਂ ਚੜੇ। ਇਹ ਦੀਵਾਨ ਸੁਣ ਕੇ ਉਹਦਾ ਮੇਨ ਅਸਰ ਹੈ, ਪ੍ਰੇਮ ਦੀ ਪੌੜੀ ਚੜੀਏ। ਹੁਣ ਕੁਝ ਜ਼ਰੂਰੀ 9 ਮਿੰਟਾਂ ਸਰਵਨ ਕਰ ਲਓ। ਜਿਹੜੀਆਂ ਬਾਹਰ ਦੀਆਂ ਸੰਗਤਾਂ ਨੇ USA, ਬਹੁਤ ਸਾਰੀਆਂ ਸੰਗਤਾਂ ਵੱਲੋਂ ਸੀਮਟ ਦੀ ਸੇਵਾ ਬਾਬਾ ਦੀਪ ਸਿੰਘ ਦੇ ਅਸਥਾਨ ਪੋਵਿੰਡ ਸਾਹਿਬ ਵਾਸਤੇ ਸੇਵਾ ਪਹੁੰਚੀ ਹੈ ਲਾਲਾ ਜੀ ਦੇ ਰਾਹੀਂ, ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ, ਸ਼ੁਕਰਾਨਾ। ਫਤਿਹ ਢਿੱਲੀ ਨਾ ਬੁਲਾਇਓ, ਇਹ ਜਿਹੜਾ ਸੁਣਿਆ ਜੀ ਨਾ ਕੋਬਰੇ ਵਾਲਾ, ਅੱਜ ਵੇਖ ਲਓ ਸਾਇੰਸ ਨੇ ਸਟੱਡੀ ਕੀਤੀ ਹੈ ਵੀ ਜੋ ਅੰਦਰ ਖਿਆਲ ਬਣਾ ਰਿਹਾ ਸੀ ਮੈਨੂੰ ਕੋਬਰੇ ਦੇ ਜ਼ਹਿਰ ਦਾ ਟੀਕਾ ਲੱਗ ਰਿਹਾ, ਕੋਬਰੇ ਦੇ ਜ਼ਹਿਰ ਦਾ, ਉਹ ਜਦੋਂ ਉਹਨਾਂ ਨੇ ਉਹਦਾ ਬਾਅਦ ਵਿੱਚ ਸਾਰਾ ਪੋਸਟਮਾਰਟਮ ਕੀਤਾ ਤੇ ਉਹ ਜ਼ਹਿਰ ਹੀ ਉਸ ਹਿਸਾਬ ਨੇ ਉਹਦੀ ਮੌਤ ਹੋਈ ਕਿ ਜੋ ਅੰਦਰ ਖਿਆਲ ਚੜ੍ਹਦੀ ਕਲਾ ਦੇ ਰੱਖੋਗੇ ਉਸੇ ਤਰ੍ਹਾਂ ਹੀ ਤੁਹਾਡੀ ਜਿਹੜੀ ਨਾ ਅੰਦਰਲੀ ਸਾਰੇ ਤੱਤ, ਅੰਦਰਲੇ ਵਿਟਾਮਿਨ, ਅੰਦਰਲੇ ਸਾਰੀ ਉਹ ਕੀਟਾਣੂ, ਅੰਦਰਲੀ ਉਹ ਚੀਜ਼ ਉਸ ਤਰ੍ਹਾਂ ਹੀ ਸਾਰੀ ਬਣਦੀ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਗਰੀਬ ਨਵਾਜ ਸਾਡੇ ਅੰਦਰ ਗੁਰੂ ਦੇ ਭਰੋਸੇ ਦੀ ਸਾਰੀ ਵਿਲ ਪਾਵਰ ਪੈਦਾ ਕਰੇ, ਉਹ ਚੰਗੇ ਖਿਆਲ ਸਾਡੇ ਅੰਦਰ ਪੈਦਾ ਹੋਣ, ਭੁੱਲਾਂ ਬਖਸ਼ ਲੈਣੀਆਂ। ਭੈਣ ਜੀ ਪਰਮਜੀਤ ਕੌਰ ਜੀ ਨੂੰ ਵੀ ਜੀ ਆਇਆਂ ਨੂੰ, ਅਤੇ sifsala.net ਜੋ ਲਾਈਵ ਦਿੰਦੇ ਆ ਮੰਨੂ ਵੀਰ ਜੀ ਧੰਨਵਾਦ, ਦਸ਼ਮੇਸ਼ ਵੀਡੀਓ ਦਾ ਵੀ ਧੰਨਵਾਦ। ਹਾਂਜੀ ਬਾਬਾ ਜੀ ਮੇਰਾ ਕਰਨ, ਹੋਰ ਸਾਰਾ ਜਿਹੜਾ ਲਾਈਵ ਹੈ ਉਹਦੇ ਵਿੱਚ ਜਿੱਥੇ ਜਿੱਥੇ ਵੀ ਹੋਰ ਬਾਬਾ ਜੀ ਇਹਦੇ ਕੋਲ ਸੋਹਣੇ ਢੰਗ ਨਾਲ ਸੇਵਾ ਲੈਣ, ਬਾਣੀ ਦੀ ਵਾੜ ਲਾ ਕੇ ਬੈਠੇ, ਭੁੱਲਾਂ ਬਖਸ਼ ਲੈਣੀਆਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਡਿਆਈਆਂ, ਨਾਲ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀਆਂ ਵਡਿਆਈਆਂ ਜੁੜੇ। ਜਿਹੜਾ ਜ਼ੁਲਮ ਕਰਨ ਵਾਲਾ ਸੀ ਅੰਦਰ ਵੀ ਇਹੀ ਭਾਵਨਾ ਸੀਗੀ ਕਿ ਗੁਰੂ ਗੋਬਿੰਦ ਸਿੰਘ ਕੋਈ ਛੋਟੀ ਹਸਤੀ ਨਹੀਂ ਹੈ, ਕੋਈ ਛੋਟੀ ਹਸਤੀ ਨਹੀਂ। ਮੁਨਾਦੀ ਕਰ ਦਿੱਤੀ ਸੀ ਉਹਨੇ ਕਿ ਬਈ ਜੇ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਲਿਆ ਕੇ ਮੈਨੂੰ ਦੇ ਉਹਨੂੰ ਮੈਂ ਬਾਦਸ਼ਾਹੀਆਂ ਵੀ ਦੇ ਸਕਦਾ ਤੇ ਇਨਾਮ ਵੀ ਦਿਆਂਗਾ, ਉਹਨੂੰ ਬਾਦਸ਼ਾਹੀਆਂ ਵੀ ਤੇ ਇਨਾਮ ਵੀ ਦਿਆਂਗਾ। ਉਸ ਵਕਤ ਜਿੰਨੀ ਉਹਦੀ ਲਸ਼ਕਰ ਲਾਮ ਲਸ਼ਕਰ ਸੀਗਾ, ਕਿਸੇ ਦਾ ਹਿੰਮਤ ਨਾ ਪਵੇ ਯਤਨ ਕਰਨ ਕਿ ਵੀ ਬਾਦਸ਼ਾਹੀਆਂ ਵੀ ਮਿਲਣੀਆਂ, ਇਨਾਮ ਵੀ ਮਿਲਣਾ, ਤੇ ਅੰਦਰ ਪ੍ਰੇਮ ਆ ਗਿਆ ਪੀਰ ਬੁੱਧੂ ਸ਼ਾਹ, ਇਹੋ ਜਿਹਾ ਪ੍ਰੇਮ ਆਇਆ ਕਿ ਬਈ ਇਹ ਕੰਮ ਗਲਤ ਹੋ ਜਾਏਗਾ, ਇਹਨਾਂ ਕੋਲ ਬੜੇ ਬੜੇ ਲਾਮ ਲਸ਼ਕਰ ਨੇ। ਤੇ ਪੀਰ ਬੁੱਧੂ ਸ਼ਾਹ ਨੇ ਉਦੋਂ ਇੱਕ ਕੁਰਬਾਨੀ ਦਿੱਤੀ ਕਿ ਆਪਣੇ ਪੁੱਤਰ ਦਾ ਖੂਨ ਇੱਕ ਬੋਤਲ 'ਚ ਇਕੱਠਾ ਕੀਤਾ
ਤੇ ਲਿਆ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ ਕਿ ਔਰੰਗਜ਼ੇਬ ਇਹ ਮੈਂ ਗੁਰੂ ਗੋਬਿੰਦ ਸਿੰਘ ਦਾ ਖੂਨ ਲੈ ਕੇ ਆਇਆ, ਇਹ ਖੂਨ ਮੈਂ ਲੈ ਕੇ, ਕਿਉਂ ਉਹਦੇ ਅੰਦਰ ਪ੍ਰੇਮ ਸੀ ਕਿ ਵੀ ਕੋਈ ਇਹੋ ਜਿਹੀ ਘਟਨਾ ਨਾ ਹੋ ਜਾਵੇ, ਗਲਤ ਨਾ ਹੋਵੇ। ਜਦੋਂ ਉਹ ਬੋਤਲ ਲਿਆ ਕੇ ਰੱਖੀ ਤੇ ਔਰੰਗਜ਼ੇਬ ਵੀ ਜਾਣਦਾ ਸੀਗਾ ਕਿ ਬਈ ਇਹ ਝੂਠ ਬੋਲ ਰਿਹਾ, ਕਹਿੰਦੇ ਝੂਠ ਏ, ਸੱਚ ਨਹੀਂ ਹੈ। ਉਹ ਕਹਿਣ ਲੱਗਾ, ਪੀਰ ਬੁੱਧੂ ਸ਼ਾਹ ਤੇਰਾ ਸਤਿਕਾਰ ਕਰਦੇ ਆ, ਤੂੰ ਇੱਕ ਧਾਰਮਿਕ ਹਸਤੀ ਹੈ ਸਾਡੀ, ਪਰ ਸੱਚ ਦੱਸ ਇਹ ਖੂਨ ਕਿਹਦਾ ਹੈ? ਕਹਿੰਦੇ ਪੀਰ ਬੁੱਧੂ ਸ਼ਾਹ ਨੇ ਕਿਹਾ ਜੀ ਇਹ ਗੁਰੂ ਗੋਬਿੰਦ ਸਿੰਘ ਦਾ ਹੀ ਖੂਨ ਹੈ, ਮੈਂ ਆਪ ਲੈ ਕੇ ਆਇਆ ਵਾ, ਉਹਦਾ ਖੂਨ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਹੀ ਖੂਨ ਹੈ। ਤੇ ਪੀਰ ਬੁੱਧੂ ਸ਼ਾਹ ਨੂੰ ਉਸ ਵਕਤ ਔਰੰਗਜ਼ੇਬ ਨੇ ਇੱਕ ਲਫ਼ਜ਼ ਕਹੇ ਸੀ, ਕਹਿੰਦੇ ਗੁਰੂ ਗੋਬਿੰਦ ਸਿੰਘ ਐਡੇ ਬਲਵਾਨ ਨੇ, ਗੁਰੂ ਗੋਬਿੰਦ ਸਿੰਘ ਐਡੇ ਸੂਰਮੇ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਐਡੇ ਸੂਰਮੇ ਨੇ, ਕਹਿੰਦੇ ਜੇ ਕਿਤੇ ਇਹ ਖੂਨ ਉਹਨਾਂ ਦਾ ਹੁੰਦਾ ਤੇ ਇਹ ਖੂਨ ਉਬਾਲੇ ਖਾਂਦਾ ਹੋਣਾ ਸੀ, ਇਹ ਤੇ ਸੁੰਨ ਹੋਇਆ ਪਿਆ, ਇਹ ਬੋਤਲ ਚ ਉਬਾਲੇ ਖਾਂਦੇ ਹੋਣਾ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਖੂਨ ਕਹਿੰਦੇ ਇਹੋ ਜਿਹਾ ਜੰਮਿਆ ਨਹੀਂ ਹੋ ਸਕਦਾ, ਉਹ ਤੇ ਇੱਕ ਵੱਖਰੀ ਸ਼ਖਸੀਅਤ। ਭਾਵ ਕਹਿੰਦਾ ਕਿ ਭਾਵੇਂ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀਗਾ ਔਰੰਗਜ਼ੇਬ, ਪਰ ਉਹਨੂੰ ਵੀ ਪਤਾ ਸੀਗਾ ਕਿ ਕਲਗੀਧਰ ਪਾਤਸ਼ਾਹ ਕੋਈ ਆਮ ਹਸਤੀ ਨਹੀਂ। ਗੁਰੂ ਕੇ ਪਿਆਰਿਓ, ਐਸੇ ਗੁਰੂ ਕੋ ਬਲ ਬਲ ਜਾਈਏ, ਗੁਰੂ ਸਾਹਿਬ ਕਿਰਪਾ ਕਰਨ, ਜਿਵੇਂ ਭਾਜੀ ਨੇ ਦੱਸਿਆ ਏ, ਸਾਡੀ ਤੇ ਇਹੋ ਹੀ ਅਸਲੀ ਪ੍ਰੇਮ ਏ ਕਿ ਅਸੀਂ ਸਤਿਗੁਰ ਦੇ ਬਣ ਜਾਈਏ, ਨਿਤਨੇਮ ਨਾਲ ਜੁੜ ਜਾਈਏ, ਤਾਂ ਕਿ ਕਲਗੀਧਰ ਪਾਤਸ਼ਾਹ ਜੀ ਨੇ, ਛੋਟੀ ਗੱਲ ਥੋੜੀ ਏ, ਕਿਸੇ ਬੱਚੇ ਦਾ ਵਿਆਹ ਹੋਵੇ ਤੇ ਬੱਚਾ ਦੇ ਮਾਂ ਪਿਓ ਉਹਦੇ ਤੋਂ ਰੁਪਈਏ ਵਾਰਦੇ ਨੇ ਤੇ ਵਾਰ ਕੇ ਜੇਬ ਥੋੜਾ ਪਾਉਂਦੇ ਸੁੱਟ ਦਿੰਦੇ ਨੇ, ਕਿਉਂ? ਕਹਿੰਦੇ ਕਿ ਤੇਰੇ ਤੋਂ ਨੋਟ ਵਾਰ ਦਿੱਤੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੇ ਉੱਤੋਂ ਆਪਣੇ ਚਾਰ ਸਾਹਿਬਜ਼ਾਦੇ ਹੀ ਵਾਰ ਦਿੱਤੇ ਸੀਗੇ। ਉਹ ਸਾਹਿਬਜ਼ਾਦੇ ਬਾਰੇ ਗੁਰੂ ਕੇ ਪਿਆਰਿਓ, ਉਹਨਾਂ ਨੂੰ ਸਦਾ ਹੀ ਨਮਸਕਾਰ, ਉਹਨਾਂ ਦੇ ਬਣ ਕੇ ਰਹੀਏ। ਬੜੇ ਪਿਆਰ ਦੇ ਵਿੱਚ ਆਪ ਜੀ ਨੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀਆਂ ਵਡਿਆਈਆਂ ਸੁਣੀਆਂ। ਸਤਿਗੁਰ ਕਿਰਪਾ ਕਰਨ, ਇਹੋ ਹੀ ਪ੍ਰੇਮ ਹੈ ਕਿ ਅਸੀਂ ਨਿਤਨੇਮ ਨਾਲ ਜੁੜੀਏ, ਸਤਿਗੁਰ ਰਹਿਮਤ ਕਰਨ, ਜੇ ਨਿਤਨੇਮ ਟੁੱਟੇ ਤੇ ਉਦੋਂ ਹੀ ਟੁੱਟੇ ਜਦੋਂ ਇਸ ਜਿੰਦ ਅੰਦਰਲੀ ਟੁੱਟ ਜਾਵੇ। ਸਤਿਗੁਰ ਮਿਹਰ ਕਰਨ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਇਹ ਅੱਜ ਦੇ ਸਮਾਗਮ ਸਰਦਾਰ ਗੁਰਜੀਤ ਸਿੰਘ ਜੀ, ਭਾਜੀ ਨੇ ਵੀ ਦੱਸਿਆ ਹੈ, ਇਹ ਸ਼ਿਕਾਗੋ ਤੋਂ ਗੁਰਮੁਖ ਪਿਆਰੇ ਆਪਣੇ ਧਰਮ ਪਤਨੀ ਗੁਰਲੀਨ ਕੌਰ ਵਿਆਹ ਤੋਂ ਕੁਝ ਸਮੇਂ ਬਾਅਦ ਬਿਮਾਰ ਹੋਏ ਤੇ ਉਹ ਚੜ੍ਹਾਈ ਕਰ ਗਏ, ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਗੁਰਮੁਖ ਪਿਆਰਿਆਂ ਵੱਲੋਂ ਅੱਜ ਦਾ ਇਹ ਸਮਾਗਮ ਅਰਦਾਸ ਬੇਨਤੀ ਕਰਦੇ ਹੋਏ, ਸਾਰੀਆਂ ਸੰਗਤਾਂ ਦਾ ਧੰਨਵਾਦ ਦਿੱਤੇ ਸਹਿਯੋਗ ਦਾ, ਸਿਵਸਲਾ.com ਰਾਹੀਂ ਘਰਾਂ 'ਚ ਜੁੜੀਆਂ ਸੰਗਤਾਂ ਦਾ ਵੀ। ਅਗਲਾ ਸਮਾਗਮ ਇੰਗਲੈਂਡ ਤੋਂ ਗੁਰਮੁਖ ਪਿਆਰੇ ਹਰਵਿੰਦਰ ਸਿੰਘ ਜੀ ਉਹਨਾਂ ਵੱਲੋਂ ਭਲਾਈ ਕੇਂਦਰ ਵਿਖੇ ਹੋਏਗਾ, ਸਾਰਿਆਂ ਨੇ ਦਰਸ਼ਨ ਦੇਣੇ ਨੇ। ਜਿੰਨੇ ਵੀ ਸੰਗਤ ਚੱਲ ਕੇ ਯੂਪੀ ਤੋਂ ਵੀ ਆਈ, ਹੋਰ ਵੀ ਸਾਰਿਆਂ ਨੂੰ ਰੋਮ ਰੋਮ ਨਾਲ ਜੀ ਆਇਆਂ ਨੂੰ। ਕੁਝ ਸਮਾਂ ਹੋਰ ਸਾਡੇ ਮਾਨਯੋਗ ਭਾਈ ਸਾਹਿਬ ਆਪ ਜੀ ਦੇ ਦਰਸ਼ਨ ਕਰਨਗੇ। ਫਤਿਹ ਦੀ ਸਾਂਝ ਬਖਸ਼ੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਤੇਜਪਾਲ ਸਿੰਘ ਜੀ ਉਹ ਵੀ ਸੰਗਤ ਦੇ ਦਰਸ਼ਨ ਕਰਨ ਜੀ ਆਇਆਂ ਨੂੰ, ਟੈਲਿੰਦਰ ਸਿੰਘ ਜੀ ਨੂੰ ਵੀ ਜੀ ਆਇਆਂ ਨੂੰ, ਜਿਨ੍ਹਾਂ ਵੱਲੋਂ ਪ੍ਰੋਗਰਾਮ ਹੋ ਰਿਹਾ ਹੈ ਧਰਮ ਪਤਨੀ ਦੀ ਯਾਦ ਵਿੱਚ। ਗੁਰਲੀਨ ਕੌਰ ਜੀ ਆਓ, 2 ਮਿੰਟ ਦੀ ਬੇਨਤੀ ਸਤਿਗੁਰਾਂ ਅੱਗੇ। ਹਰ ਜੀਓ
ਅਲੀ ਮੁਹੱਲਾ ਦੀ ਸੰਗਤ ਪਿਆਰ ਚ ਬੋਲੋ ਜੀ ਸ਼੍ਰੀ ਵਾਹਿਗੁਰੂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੋਤੀ ਜੀ ਸਹਾਇ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਜਿਸ ਡੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਘਰ ਨੋਣੇ ਦਾਵੇ ਤਾਏ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਜੀ ਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਜੀ ਸਭ ਥਾਈ ਹੋਏ ਜੀ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਸਾਧ ਸੰਗਤ ਜੀ ਬੋਲੋ ਜੀ ਦਸਾਂ ਪਾਤਸ਼ਾਹ ਜੀ ਦੇ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾੜ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਸਾਧ ਸੰਗਤ ਜੀ ਬੋਲੋ ਜੀ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਭਗਤ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਨਾਮ ਦੇ ਰਸੀਏ
ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਪਚੰਗੀਆਂ ਦੀਆਂ ਨੇਕ ਕਮਾਈਆਂ ਦਾ ਕੀਤੀਆਂ ਕਾਲਣਾਂ ਦਾ ਧਿਆਨ ਧਰਕੇ ਸਾਧ ਸੰਗਤ ਬੋਲੋ ਜੀ। ਸਮੂਹ ਗੁਰਦੁਆਰੇ ਸਮੂਹ ਤਖ਼ਤ ਝੰਡਿਆਂ ਬੁੰਗੀਆਂ ਨਿਸ਼ਾਨਾਂ ਕਾ ਤੀਰਥ ਸਥਾਨਾਂ ਦਾ ਧਿਆਨ ਧਰਕੇ ਸਾਧ ਸੰਗਤ ਜੀ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿੱਧਾ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ, ਸਾਧ ਸੰਗਤ ਜੀ ਬੋਲੋ ਜੀ। ਹੇ ਨਿਮਾਣਿਓ ਕੇ ਮਾਂ, ਨਿਤਾਣਿਓ ਕੇ ਤਾਂ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਜ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀਓ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀਓ, ਨਿੱਤ ਦੇ ਭਿਖਾਰੀ ਆਪ ਜੀ ਦੀ ਹਜ਼ੂਰੀ ਚ ਹੱਥ ਬੰਨ ਖੜੇ, ਜਿੰਨੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਘਰਾਂ ਚ ਬਹਿ ਕੇ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸੇ ਹਾਜ਼ਰੀਆਂ ਲਵਾਈਆਂ ਨੇ, ਸਾਰੀਆਂ ਸੰਗਤਾਂ ਦੀ ਝੋਲੀ ਚ ਅੰਮ੍ਰਿਤ ਵੇਲੇ ਦੇ ਜਾਗ ਨੇ ਨਿਤਨੇਮ ਦੀਆਂ ਦਾਤਾਂ ਬਖਸ਼ਿਓ, ਸੇਵਾ ਸਿਮਰਨ ਦੀ ਦਾਤ ਬਖਸ਼ਿਓ, ਸੱਚੇ ਪਾਤਸ਼ਾਹ ਜੀਓ ਨਾਮ ਬਾਣੀ ਦਾ ਪਹਿਰਾ ਬਖਸ਼ਿਓ, ਸਤਸੰਗਤ ਦੇ ਮੇਲੇ ਬਖਸ਼ਿਓ, ਜੋ ਆਪ ਜੀ ਦੇ ਦਰ ਦੇ ਸਾਜੇ ਨਵਾਜੇ ਗੁਰਮੁਖ ਪਿਆਰੇ ਨੇ ਉਹਨਾਂ ਦੀ ਸਤਸੰਗਤ ਬਖਸ਼ਿਓ, ਜਿਨ੍ਹਾਂ ਨੂੰ ਮਿਲੀਏ ਅਤੇ ਸਾਨੂੰ ਚੇਤਾ ਆਵੇ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਡਿੱਗੇ ਤੱਕੇ ਨਿੰਦਕ ਬੇਮੁਖ ਵਿਚਾਰ ਦੀ ਸੰਗਤ ਨਾ ਦੇਣੀ, ਜਿਹਦੇ ਮਿਲਣ ਨਾਲ ਆਪ ਜੀ ਦਾ ਵਿਛੋੜਾ ਪਵੇ, ਸਦਾ ਮੇਲੀਆਂ ਦੇ ਮੇਲ ਬਖਸ਼ਣਾ ਸਤਿਗੁਰ ਗਰੀਬ ਨਿਵਾਜ ਜੀਓ। ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਪਿਤਾ ਜੀ, ਧੰਨ ਧੰਨ ਜੁਗੋ ਜੁਗੋ ਟਲ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਐਸ ਵਕਤ ਆਪ ਜੀ ਦੀ ਹਜ਼ੂਰੀ ਚ ਅਰਦਾਸ ਬੇਨਤੀ, ਆਪ ਜੀ ਦੀ ਕਿਰਪਾ ਦੇ ਸਦਕੇ ਸ਼ਿਕਾਗੋ USA ਦੇ ਨਿਵਾਸੀ ਗੁਰਜੀਤ ਸਿੰਘ ਜੀ, ਜੋ ਆਪਣੀ ਪਤਨੀ ਗੁਰਲੀਨ ਕੌਰ ਜੀ ਦੀ ਯਾਦ ਦੇ ਵਿੱਚ ਆਪ ਜੀ ਦੇ ਪਾਵਨ ਚਰਨ ਪਰਸਰੇ ਨੇ, ਸੱਚੇ ਪਾਤਸ਼ਾਹ ਜੀ ਉਹ ਸੰਗਤਾਂ ਦੇ ਚਰਨ ਪਰਸਰੇ ਨੇ, ਕਿਰਪਾ ਕਰਨੀ ਗੁਰਮੁਖ ਪਿਆਰੇ ਗੁਰਜੀਤ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਏ, ਬੱਚੀ ਗੁਰਲੀਨ ਕੌਰ ਨੂੰ ਆਪ ਜੀ ਸੱਚੇ ਪਾਤਸ਼ਾਹ ਸਦੀਵੀ ਕਾਲ ਚਰਨਾਂ ਚ ਨਿਵਾਸ ਬਖਸ਼ੇ। Thank you.
के सुंदर स्वरूप हो के पुपन के पूप हो के दाता महादान हो प्राण के बचैया दूत पूत के दिवैया रोग सोग के मिटैया की तो मानी महामान हो विद्या के विचार हो अदेव अवतार हो कि सिद्धता की सूरत हो कि शुद्धता की शान हो जो बन के जाल हो कि काल हूं के काल हो कि शत्रण के सूल हो कि मित्रण के प्राण हो निर्जर निरूप हो कि सुंदर स्वरूप हो के पुपन के पूप हो के दाता महादान हो सजन सचा पातशा सिरशाह देशा हो जिस पास बैठे आ सो ही है सबना दा वेसा हो सजन सचा सिरशाह देशा हो जिस पास बैठे आ सो ही है सबना दा वेसा हो सतनाम श्री वाहे गुरु साहिब जीओ जी सोरण महला पंजवा जन्म जन्म के दुख निवारे सूखा मन साधारे दर्शन पेटत होत निहाला हर का नाम बिचारे जन्म जन्म के दुख निवारे सूखा मन साधारे दर्शन पेटत होत निहाला हर का नाम बिचारे मेरा वैद गुरु गोविंदा हर हर नाम औखद मुख देवे काटे जम की फंदा रहा समर्थ पूरक पूर्ण विदाते आपे करने हारा अपना दास हर आप उबारिया नानक नाम आधारा समर्थ पूरक पूर्ण विदाते आपे करने हारा अपना दास हर आप उबारिया नानक नाम अधारा वाहिगुरु जी का खालसा वाहिगुरु जी की फतेह सोरण महला पंजवा जन्म जन्म के दुख निवारे सूखा मन साधारे दर्शन